ਭਾਜੀ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਤੁਹਾਨੂੰ ਇਹੀ ਰਹੂਗਾ ਵੀ ਪੰਜਾਬ ਦੇ ਵਿੱਚੋਂ ਇੱਥੇ ਆਏ ਹੋ ਅਤੇ ਕੈਪਟਨ ਦਾ ਰੈਂਕ ਹੈ, ਸੋ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ? ਜਿਹੜੇ ਸਾਡੇ ਕਮਾਂਡਿੰਗ ਆਫਿਸਰ ਉਦੋਂ ਸੀਗੇ ਕਮਾਂਡਰ ਬ੍ਰਿਗਸ, ਉਹਨਾਂ ਨੂੰ ਕਾਫ਼ੀ ਪਸੰਦ ਆਇਆ ਮੈਂ, ਅਤੇ ਉਹਨਾਂ ਨੇ ਕਿਹਾ ਕਿ ਵੀ ਤੂੰ ਸਾਡੇ ਲੀਡਰਸ਼ਿਪ ਰੋਲ ਜਿਹੜੇ ਆ ਉਹ ਫਿਲ ਕਰ। ਵਰਲਡ ਵਾਰ ਫਸਟ ਤੋਂ ਸੈਕਿੰਡ ਦੇ ਵਿੱਚ ਆਪਣੇ ਸਿੱਖ ਰਹੇ, ਕੀ ਸਾਡਾ ਜਿਹੜਾ ਪਹਿਰਾਵਾ ਆ ਕੀ ਇਹਦੇ ਵਿੱਚ ਵੀ ਸਾਨੂੰ ਕੋਈ ਇੱਥੇ ਪ੍ਰੋਬਲਮਸ ਆਈਆਂ? ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਜਿੰਨੇ ਵੀ ਆਪਣੇ ਸਿੱਖ ਇੱਧਰ ਆਏ ਆ ਕੈਨੇਡਾ ਦੇ ਵਿੱਚ, ਜਰਨਲੀ ਉਹ ਕਲੀਨ ਸ਼ੇਵਨ ਸੀਗੇ ਅਤੇ ਇਸ ਕਰਕੇ ਉਹਨਾਂ ਦਾ ਜਿਹੜਾ ਪਹਿਨਾਵਾ ਸੀਗਾ ਉਹ ਕਾਫ਼ੀ ਡਿਫਰੈਂਟ ਸੀਗਾ। ਪਹਿਲਾਂ ਆਪਾਂ ਡਿਮਾਂਡ ਕਰ ਰਹੇ ਸੀਗੇ ਗ੍ਰੰਥੀ ਸਿੰਘ ਕੋਈ ਨਾ ਕੋਈ ਹੋਣਾ ਚਾਹੀਦਾ ਆਪਣੇ ਆਰਮ ਫੋਰਸ ਦੇ ਵਿੱਚ, ਕਿਉਂਕਿ ਕ੍ਰਿਸ਼ਨ ਦਾ ਪ੍ਰੀਸਟ ਹੈਗਾ ਆ, ਮੁਸਲਮਾਨਾਂ ਦੇ ਮੌਲਵੀ ਹੈਗੇ ਆ, ਅਤੇ ਲੇਕਿਨ ਆਪਣਾ ਕੋਈ ਨਹੀਂ ਸੀਗਾ। ਅਤੇ ਉਹ ਕਹਿੰਦੇ ਸੀਗੇ ਕਿ ਆਪਣਾ ਨੰਬਰ ਇਨਕਰੀਜ਼ ਕਰੋ ਉਸ ਲੈਵਲ ਤੱਕ। ਇਹਦੇ ਵਿੱਚ ਵੀ ਰਿਜ਼ਰਵ ਆਰਮੀ ਹੈ, ਦੂਜੀ ਹੈ, ਇਹਦੀ ਕੀ ਡਿਫਰੈਂਸ ਥੋੜ੍ਹਾ ਜਿਹਾ ਵੀ ਦੱਸੋ? ਕਿ ਜਿਹੜੀ ਰਿਜ਼ਰਵ ਆ ਉਹ ਪਾਰਟ ਟਾਈਮ ਆ। ਪਾਰਟ ਟਾਈਮ ਦਾ ਇਹ ਮਤਲਬ ਆ ਕਿ ਤੁਸੀਂ ਸਟਿਲ ਲੀਡਰਸ਼ਿਪ ਰੋਲ ਦੇ ਵਿੱਚ ਆ, ਆਪਣੀ ਯੂਨਿਟ ਦੇ ਨਾਲ ਆ, ਲੇਕਿਨ ਤੁਸੀਂ ਉਹਦੇ ਨਾਲ ਨਾਲ ਆਪਣਾ ਬਿਜ਼ਨਸ ਜਾਂ ਹੋਰ ਕੋਈ ਕੰਮ ਕਾਰ ਜਿਹੜਾ ਆ ਉਹ ਵੀ ਕੈਰੀ ਔਨ ਕਰ ਸਕਦੇ ਹੋ। ਵੀ ਕਿਹੜੀ ਪੜ੍ਹਾਈ ਪੜ੍ਹੀਏ ਅਸੀਂ, ਜਾਂ ਬਾਰ੍ਹਵੀਂ ਤੋਂ ਬਾਅਦ ਪਲੱਸ ਟੂ ਤੋਂ ਬਾਅਦ ਅਸੀਂ ਜਾ ਸਕਦੇ ਹਾਂ ਆਰਮੀ ਦੇ ਵਿੱਚ, ਅਤੇ ਕਿਹੜੇ ਕੋਰਸਿਸ ਅਗਰ ਅਸੀਂ ਹਾਇਰ ਕਿਸੇ ਪੋਸਟ ਦੇ ਉੱਪਰ ਜਾਣਾ ਆ, ਅਤੇ ਸਾਨੂੰ ਉਹ ਥੋੜ੍ਹਾ ਜਿਹਾ ਸਟੱਡੀ ਬਾਰੇ ਡਿਟੇਲ 'ਚ ਦੱਸੋ ਜੀ। ਐਜੂਕੇਸ਼ਨ ਹੋਵੇ, ਤੁਸੀਂ ਇੰਜੀਨੀਅਰਿੰਗ ਇੱਥੋਂ ਕੈਨੇਡਾ ਤੋਂ ਕੀਤੀ ਹੋਵੇ, ਜਾਂ ਤੁਸੀਂ ਮੈਡੀਸਨ ਕਿਸੇ ਕੈਨੇਡੀਅਨ ਸਕੂਲ ਤੋਂ ਕੀਤੀ ਹੋਵੇ, ਤੁਹਾਡੇ ਕੋਲ ਲਾਈਸੈਂਸ ਹੋਵੇ, ਜਾਂ ਤੁਸੀਂ ਫਾਰਮਾਸਿਸਟ ਆ, ਤੁਹਾਡੀ ਇੱਥੇ ਦੀ ਐਜੂਕੇਸ਼ਨ ਹੋਵੇ, ਨਾਲ ਤੁਹਾਡਾ ਲਾਈਸੈਂਸ ਹੋਵੇ, ਉਹ ਜ਼ਰੂਰੀ ਆ। ਅਤੇ ਉਹਦੇ ਨਾਲ ਇਹ ਵੀ ਆ ਕਿ ਜੇ ਤੁਸੀਂ ਐਜ਼ ਏ ਗ੍ਰੈਜੂਏਟ ਆਉਂਦੇ ਹੋ ਆਰਮ ਫੋਰਸਿਸ, ਅਤੇ ਤੁਹਾਨੂੰ ਕਮਿਸ਼ਨ ਰੈਂਕ ਮਿਲਦਾ, ਤੁਸੀਂ ਸੈਕਿੰਡ ਲੈਫਟੀਨੈਂਟ ਤੋਂ ਸਟਾਰਟ ਕਰਦੇ ਹਾਂ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਪ੍ਰੋਗਰੈਸ਼ਨ ਗਾਹਾਂ ਕਰਦੇ ਹਾਂ। ਜੇ ਸਮਝ ਲਓ ਤੁਸੀਂ ਬਾਰ੍ਹਵੀਂ ਜਾਂ ਈਵਨ ਜਿਹੜੀਆਂ ਪਾਰਟ ਟਾਈਮ ਫੋਰਸਿਸ ਜਾਂ ਰਿਜ਼ਰਵ ਫੋਰਸਿਸ ਆ, ਉਹਦੇ ਵਿੱਚ ਤੁਸੀਂ ਦਸਵੀਂ ਤੋਂ ਬਾਅਦ ਵੀ ਜਾ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਬਾਰ੍ਹਵੀਂ, ਕਿਉਂਕਿ ਦਸਵੀਂ ਐਲੀਜੀਬਿਲਿਟੀ ਆ ਤੁਹਾਡੀ। ਅਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖ ਸਕਦੇ ਹਾਂ ਕਿ ਹਾਂ ਵੀ ਮੈਂ ਕਿਹੜਾ ਟ੍ਰੇਡ ਪਿੱਕ ਕਰਨਾ, ਔਰ ਇਹੀ ਮੈਂ ਸਾਰੇ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਦੱਸਦਾ ਹੁੰਦਾ ਕਿ ਆਪਣਾ ਟ੍ਰੇਡ ਜ਼ਰੂਰ ਪਿੱਕ ਕਰੋ, ਕਿ ਤੁਸੀਂ ਗਾਹਾਂ ਕੀ ਕਰਨਾ ਚਾਹੁੰਦੇ ਹਾਂ, ਤੁਹਾਡਾ ਕੋਈ ਨਾ ਕੋਈ ਵਿਜ਼ਨ ਹੋਣਾ ਚਾਹੀਦਾ ਕਿ ਮੈਂ ਅੱਜ ਤੋਂ 5 ਸਾਲ 'ਚ ਇੱਥੇ ਹੋਊਂਗਾ, 10 ਸਾਲਾਂ 'ਚ ਹਰ ਟ੍ਰੇਡ ਦੇ ਵਿੱਚੋਂ ਤੁਸੀਂ ਆਰਮੀ ਵਿੱਚ ਜਾ ਸਕਦੇ? ਬਿਲਕੁਲ ਜਾ ਸਕਦੇ ਹਾਂ, ਜਿਹੜੇ ਜਿੰਨੇ ਮੈਂ ਟ੍ਰੇਡ ਦਾ ਨਾਂ ਹੀ ਲੈਦਾ, ਨਾਂ ਹੀ ਲੈਦਾ ਕਿ ਚਲੋ ਆਹ ਤਾਂ ਆਪਣੇ ਬੜੇ ਕਾਮਨ ਟ੍ਰੇਡ ਆ ਨਾ, ਕਿ ਡਾਕਟਰ ਬਣ ਜਾ ਕਾਕਾ, ਜਾਂ ਇੰਜੀਨੀਅਰ ਬਣ ਜਾ, ਜਾਂ ਲੋਇਰ ਬਣ ਜਾ, ਉਹ ਤਾਂ ਹੈਗੇ ਆ, ਲੇਕਿਨ ਉਸ ਤੋਂ ਇਲਾਵਾ ਜੇ ਤੁਸੀਂ ਮਕੈਨਿਕ ਆ, ਜੇ ਤੁਸੀਂ ਡਰਾਈਵਰ ਆ, ਤੁਸੀਂ ਕੁੱਕ ਆ, ਉਹਦੀ ਵੀ ਡਿਮਾਂਡ ਹੈਗੀ ਆ। ਇਹ ਨਹੀਂ ਹੈਗਾ ਕਿ ਹਾਂ ਜੇ ਤੁਹਾਨੂੰ ਸਿਰਫ ਇੱਕ ਕਹਿੰਦੇ ਹੁੰਦੇ ਤੁਸੀਂ ਬੜਾ ਲੜਾਕੂ ਤੁਹਾਡੀ ਨੇਚਰ ਆ, ਤੁਸੀਂ ਲੜਨਾ ਚਾਹੁੰਦੇ ਹੋ, ਤੁਹਾਡੇ ਲਈ ਆਰਮਡ ਹੈਗਾ ਜਾਂ ਤੁਹਾਡੇ ਲਈ ਇਨਫੈਂਟਰੀ ਹੈਗੀ, ਉਹਦੇ 'ਚ ਵੀ ਤੁਸੀਂ ਇਨਵੋਲਵ ਕਰ ਸਕਦੇ। ਲੇਕਿਨ ਹਾਂ ਉਹਦੇ ਵਿੱਚ ਤੁਹਾਡੀ ਪ੍ਰੋਗਰੈਸ਼ਨ ਜਿਹੜੀ ਆ ਉਹ ਸੈੱਟ ਕੋਰਸਿਸ ਹੁੰਦੇ ਆ, ਤੁਹਾਡਾ ਜਿਹੜਾ ਡਿਵੈਲਪਮੈਂਟ ਪਲਾਨ ਹੁੰਦੇ ਆ, ਪਲਾਨ DP1 DP2 DP4 ਇੱਦਾਂ, ਉਹ ਤੁਹਾਨੂੰ ਜਿਹੜੇ ਕੋਰਸ ਵਰਕ ਕਰਕੇ ਤੁਸੀਂ ਆਪਣੀ ਪ੍ਰੋਗਰੈਸ਼ਨ। ਪ੍ਰੋ ਪੰਜਾਬ TV ਦੇ ਖਾਣਾ ਦਾ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਹਾਂ ਕਮਲਜੀਤ ਬੁੱਟਰ। ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਆ। ਅਗਰ ਇਸ ਇਤਿਹਾਸ ਦੀ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹਾਂ, ਤਾਂ ਇਸ ਦੇ ਨਾਲ ਸਿੱਧਾ ਸਿੱਧਾ ਸਾਡਾ ਸੰਬੰਧ ਆਰਮੀ ਦੇ ਨਾਲ ਜੁੜਦਾ ਆ, ਕੈਨੇਡੀਅਨ ਫੌਜ ਦੇ ਨਾਲ ਜੁੜਦਾ ਆ। ਬ੍ਰਿਟਿਸ਼ ਦੇ ਰਾਹੀਂ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਆਏ ਆ, ਸੋ ਇਹ ਸਾਰੀ ਗੱਲਬਾਤ ਫੌਜ ਦੇ ਵਿੱਚ ਸਾਡਾ ਇਤਿਹਾਸ ਕੀ ਹੈ, ਕੈਨੇਡੀਅਨ ਫੌਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਾ ਸਕਦੇ ਹਾਂ, ਸਾਡੇ ਬੱਚਿਆਂ ਦਾ ਕੀ ਫਿਊਚਰ ਹੈ, ਅਤੇ ਆਰਮੀ ਦਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਆ, ਇਹ ਸਾਰੀਆਂ ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਕੈਪਟਨ ਚਰਨ ਕਮਲ ਸਿੰਘ ਦੁਲਟ, ਜਿਹੜੇ ਕੈਨੇਡਾ ਦੀ ਫੌਜ ਦੇ ਵਿੱਚ ਕੈਪਟਨ ਨੇ। ਕਿਸ ਤਰ੍ਹਾਂ ਉਹ ਇੰਡੀਆ ਤੋਂ ਇੱਥੇ ਆਉਂਦੇ ਨੇ, ਫੌਜ ਦੇ ਵਿੱਚ ਕੈਪਟਨ ਬਣਦੇ ਨੇ, ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਨਾਲ ਅੱਜ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ TV 'ਤੇ। ਸਤਿ ਸ਼੍ਰੀ ਅਕਾਲ ਕਮਲਜੀਤ, ਅਤੇ ਥੈਂਕ ਯੂ ਤੁਹਾਡਾ ਅੱਜ ਟਾਈਮ ਕੱਢਣ ਦਾ। ਭਾਅ ਜੀ, ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਤੁਹਾਨੂੰ ਇਹੀ ਰਹੂਗਾ ਵੀ ਕਿ ਇੰਡੀਆ ਦੇ ਪੰਜਾਬ ਦੇ ਵਿੱਚੋਂ ਇੱਥੇ ਆਏ ਹੋ ਅਤੇ ਕੈਪਟਨ ਦਾ ਰੈਂਕ ਹੈ, ਸੋ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਕਿੰਨਾ ਕੁ ਲੰਮਾ ਸਫ਼ਰ ਰਿਹਾ, ਥੋੜ੍ਹਾ ਜਿਹਾ ਫੈਮਿਲੀ ਬੈਕਗਰਾਊਂਡ ਦੇ ਬਾਰੇ ਵੀ ਦੱਸੋ। ਤੁਸੀਂ ਦੱਸ ਰਹੇ ਸੀ ਕਿ ਮਤਲਬ ਤੁਹਾਡੀ ਫੈਮਿਲੀ ਵੀ ਆਰਮੀ ਦੇ ਵਿੱਚ ਰਹੀ ਹੈ, ਸੋ ਉੱਥੋਂ ਸ਼ੁਰੂ ਕਰਦੇ ਹਾਂ ਜੀ, ਪਹਿਲਾਂ ਆਪਾਂ ਪੰਜਾਬ ਤੋਂ ਹੀ ਚੱਲਦੇ ਹਾਂ। ਬਿਲਕੁਲ ਜੀ, ਜਿਹੜੀ ਜਨਮ ਭੂਮੀ ਆ ਉਹ ਤਾਂ ਇੰਡੀਆ ਭਾਰਤ ਆ ਜੀ, ਅਤੇ ਮੇਰਾ ਜਿਹੜਾ ਪੈਦਾਇਸ਼ ਹੋਈ ਆ ਉਹ ਜਬਲਪੁਰ ਮੱਧਿਆ ਪ੍ਰਦੇਸ਼ 'ਚ ਹੋਈ ਆ,
क्योंकि मेरे जिहड़े फादर साहब सिगे वो आर्मी दे विच सिगे इंडियन आर्मी च ते उन्होंने तकरीबन 33 साल 33 ईयर्स जिहड़ी है ना उत्थे सर्विस निभाई है ते उस हिसाब नाल असीं अलग अलग जिहड़े पार्ट है इंडिया दे उत्थे रहे हैं तीन तीन साल बाद सानू टेस्ट किया गया एक जगह तो दूजी जगह थोड़े जे फ्रेंड बनते सके वो फिर टुट जाते सके नवे बन जाते सी इस तरह की जिंदगी रही है। पंजाब च पिंड केड़ा तुहाडा तुसीं दस्सो? पंजाब दे विच ही हुशियारपुर डिस्ट्रिक्ट है ते पिंड दा नाम हैगा जी गोबिंदपुर खुणखुण जिहड़ा कि तकरीबन मैनूं लगदा 12 किलोमीटर हैगा हुशियारपुर मेन शहर। ठीक है जी। ते ਤੁਹਾਡੀ ਜਿਹੜੀ ਸਟੱਡੀ ਰਹੀ ਉਹ ਪੰਜਾਬ ਦੀ ਰਹੀ ਜਾਂ ਇੰਡੀਆ ਦੀ ਰਹੀ ਹੈ ਜਾਂ ਇੱਥੇ ਆ ਕੇ ਵੀ ਤੁਸੀਂ ਸਟੱਡੀ ਦੁਆਰਾ ਕੀਤੀ? ਮੇਰੀ ਜਿਹੜੀ ਸਟੱਡੀ ਰਹੀ ਹੈ ਜੀ ਥਰੂ ਆਊਟ ਇੰਡੀਆ ਰਹੀ ਹੈ ਜਿਹੜੀ ਸਕੂਲਿੰਗ ਆ ਉਹ ਜੇ ਆਪਾਂ ਜੇ ਐਂਡ ਕੇ ਜੰਮੂ ਐਂਡ ਕਸ਼ਮੀਰ ਤੋਂ ਸ਼ੁਰੂ ਕਰੀਏ ਉੱਥੋਂ ਲੈ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਮਤਲਬ ਹਰ ਇੱਕ ਜਗ੍ਹਾ ਹੀ ਜਿਹੜਾ ਘੱਟ ਘੱਟ ਦਾ ਪਾਣੀ ਜਿੱਦਾਂ ਕਹਿੰਦੇ ਹੁੰਦੇ ਆ ਉਹ ਸਾਰਾ ਪੀਤਾ ਹੋਇਆ ਅਤੇ ਸਕੂਲਿੰਗ ਥਰੂ ਆਊਟ ਇੰਡੀਆ ਰਹੀ ਆ ਜਿਹੜੀ ਮੇਰੀ ਸ਼ੁਰੂਆਤ ਹੋਈ ਆ ਬੈਚਲਰਸ ਡਿਗਰੀ ਦੀ ਉਹ ਮੇਰੀ ਬਾਬਾ ਸਾਹਿਬ ਅੰਬੇਡਕਰ ਯੂਨੀਵਰਸਿਟੀ ਔਰੰਗਾਬਾਦ ਤੋਂ ਹੋਈ ਹੈ ਮਹਾਰਾਸ਼ਟਰ 'ਚ ਉਹ ਡੈਡ ਸਾਡੇ ਉਦੋਂ ਉੱਥੇ ਪੋਸਟਡ ਸੀਗੇ ਅਤੇ ਨੈਚੁਰਲੀ ਉੱਥੋਂ ਹੀ ਕਰਨੀ ਸੀ ਅਤੇ ਉਸ ਤੋਂ ਬਾਅਦ ਮੇਰੀ ਜਿਹੜੀ ਐਡਮਿਸ਼ਨ ਆ ਉਹ ਗ੍ਰੈਜੂਏਟ ਸਟੱਡੀਜ਼ ਜਾਂ ਮਾਸਟਰਸ ਕਹਿ ਸਕਦੇ ਹਾਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਈ ਹੈ ਕਿਉਂਕਿ ਡੈਡ ਮੇਰੇ ਜਿਹੜੇ ਸੀਗੇ ਉਦੋਂ ਗੁਰਦਾਸਪੁਰ ਪੋਸਟਡ ਸੀਗੇ ਅਤੇ ਉਸ ਤੋਂ ਬਾਅਦ ਰਿਟਾਇਰ ਹੋ ਕੇ ਦਿਆਨੰਦ ਮੈਡੀਕਲ ਕਾਲਜ 'ਚ ਉੱਥੇ ਐਡਮਿਨਿਸਟ੍ਰੇਟਰ ਰਹੇ ਲੁਧਿਆਣੇ ਜੀ। ਓਕੇ ਅਤੇ ਫਿਰ ਕਿਹੜੇ ਸਾਲ ਤੁਸੀਂ ਇੱਧਰ ਆ ਗਏ ਸੀਗੇ? ਮੈਂ 1997 'ਚ ਆਇਆ ਜੀ। 97 ਦੇ ਵਿੱਚ ਆਇਆ ਅਤੇ ਆਉਂਦੇ ਹੀ ਮੈਂ ਇੱਥੇ ਆ ਕੇ ਸਟੱਡੀ ਸ਼ੁਰੂ ਕੀਤੀ ਜੀ। ਇੱਥੇ ਆ ਕੇ ਬਿਲਕੁਲ ਜੀ ਯੂਨੀਵਰਸਿਟੀ ਆਫ ਮੈਨੀਟੋਬਾ ਜਿੰਦਾਬਾਦ ਅਤੇ ਉੱਥੇ ਦੇ ਜਿਹੜੇ ਗ੍ਰੈਜੂਏਟ ਸਟੱਡੀ ਸੀਗੀਆਂ ਉੱਥੋਂ ਉੱਥੇ ਮੈਂ ਐਡਮਿਸ਼ਨ ਲੈ ਕੇ ਅਤੇ ਨਾਲ ਆਪਣੀ ਜਿਹੜੀ ਪ੍ਰਿਪਰੇਸ਼ਨ ਸੀਗੀ ਲਾਈਸੈਂਸਿੰਗ ਦੀ ਕਿਉਂਕਿ ਮੈਂ ਇੱਕ ਲਾਈਸੈਂਸਡ ਫਾਰਮਾਸਿਸਟ ਹਾਂ ਅਤੇ ਉਹਦੇ ਵਾਸਤੇ ਫਿਰ ਤੁਹਾਨੂੰ ਸਾਰੇ ਜਿਹੜੇ ਨੈਸ਼ਨਲ ਐਗਜ਼ਾਮਸ। ਸਟੱਡੀ ਤੁਹਾਡੀ ਮੈਡੀਕਲ ਦੀ ਰਹੀ? ਸਟੱਡੀ ਮੇਰੀ ਜਿਹੜੀ ਹੈ ਫਾਰਮੇਸੀ ਦੀ ਰਹੀ ਹੈ। ਠੀਕ ਹੈ ਜੀ, ਮੈਡੀਕਲ ਲਾਈਨ ਦੇ ਵਿੱਚੋਂ। ਅਤੇ ਆਰਮੀ ਦੇ ਬਾਰੇ ਚਲੋ ਠੀਕ ਹੈ, ਫੈਮਿਲੀ ਕਰਕੇ ਸੀਗੇ, ਫਿਰ ਇਸੇ ਕਰਕੇ ਤੁਸੀਂ ਵੀ ਆਰਮੀ 'ਚ ਜਾਣਾ ਚਾਹੀਦਾ ਸਾਨੂੰ? ਇੱਕ ਤਰ੍ਹਾਂ ਦੀ ਫੈਮਿਲੀ ਟ੍ਰੈਡੀਸ਼ਨ ਬਣ ਗਈ ਸੀਗੀ। ਮੈਂ ਇਕੱਲਾ ਬੱਚਾ ਹਾਂ ਜੀ, ਇਕੱਲਾ ਬੇਟਾ ਹਾਂ, ਮੇਰੀ ਭੈਣ ਆ ਇੱਕ ਵੈਸੇ, ਅਤੇ ਮੈਨੂੰ ਮੇਰੇ ਉੱਤੇ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਸੀਗੀ ਕਿ ਇਹਨੂੰ ਟ੍ਰੈਡੀਸ਼ਨ ਨੂੰ ਮੈਂ ਅਗਾਂਹ ਕੈਰੀ ਆਨ ਕਰਾਂ। ਅਤੇ ਜਿੱਦਾਂ ਮੇਰਾ ਲਾਈਸੈਂਸਿੰਗ ਹੋ ਗਈ ਸੀ, ਮੈਂ ਪ੍ਰੈਕਟਿਸ ਕਰ ਰਿਹਾ ਸੀਗਾ ਅਤੇ ਨਾਲ ਨਾਲ ਮੇਰੇ ਦਿਮਾਗ 'ਚ ਆਈ ਅਤੇ ਫਿਰ ਮੈਂ ਆਪਣੇ ਆਪ ਨੂੰ 2011 ਦੇ ਵਿੱਚ ਕੈਨੇਡੀਅਨ ਆਰਮ ਫੋਰਸਿਸ ਦੇ ਵਿੱਚ ਇਨਰੋਲ ਕਰਾਇਆ। ਅਤੇ ਉਹਦੇ ਵਾਸਤੇ ਵੀ ਕਾਫੀ ਜਦੋ ਜਦ ਕਰਨੀ ਪਈ ਕਿਉਂਕਿ ਇੱਕ ਤਰ੍ਹਾਂ ਦੀ ਪ੍ਰਿਪਰੇਸ਼ਨ ਕਰਨੀ ਪਈ ਪੂਰੀ ਕਿਉਂਕਿ ਕਮਿਸ਼ਨ ਰੈਂਕ ਸੀਗਾ ਅਤੇ ਉਸ ਹਿਸਾਬ ਨਾਲ ਮਿਹਨਤ ਕਰਕੇ ਦੌੜ ਭੱਜ ਕਰ। ਕਿਹੜੇ ਸਾਲ ਦੇ ਵਿੱਚ ਤੁਸੀਂ ਜੁਆਇਨ ਕਰਦੇ ਹੋ? ਕਿਉਂਕਿ ਤੁਸੀਂ ਬੜੇ ਥੋੜ੍ਹੇ ਸਮੇਂ ਦੇ ਵਿੱਚ ਕੈਪਟਨ ਦੇ ਰੈਂਕ ਦੇ ਉੱਪਰ ਆਏ ਹੋ, ਅਤੇ ਮਤਲਬ ਇਹ ਕਿਹੜੇ ਈਅਰ 'ਚ ਤੁਸੀਂ ਸ਼ੁਰੂ ਕਰਦੇ ਹੋ, ਕੀ ਕਿਸ ਤਰ੍ਹਾਂ ਦੇ ਟੈਸਟ ਤੁਹਾਡੇ ਰਹੇ ਉਦੋਂ? 2011 ਦੇ ਵਿੱਚ ਮੈਂ ਇਨਰੋਲ ਕਰਾਇਆ, ਇਨਰੋਲ ਦੇ ਆਪਣੇ ਪੇਪਰ ਫਾਈਲ ਕੀਤੇ ਸੀਗੇ ਜੀ ਅਤੇ ਫਟਾਫਟ ਤਕਰੀਬਨ ਮੈਡੀਕਲ ਫਿਜ਼ੀਕਲ ਜਿੰਨੇ ਵੀ ਟੈਸਟ ਸੀਗੇ ਉਹ ਸਾਰੇ ਹੋਏ ਮੇਰੇ ਅਤੇ ਉਹਦੇ 'ਚ ਮਹਾਰਾਜ ਦੀ ਕਿਰਪਾ ਰਹੀ ਕਿ ਚਲੋ ਪਾਸ ਹੁੰਦੇ ਰਹੇ ਅਤੇ ਪਾਸ ਹੋ ਕੇ ਅਤੇ ਫਿਰ ਉਸ ਤੋਂ ਬਾਅਦ ਇਨਰੋਲ ਹੋ ਕੇ ਬੇਸਿਕ ਟ੍ਰੇਨਿੰਗ ਤੋਂ ਬਾਅਦ ਬੇਸਿਕ ਫਾਰਮੇਸੀ ਆਫਿਸਰਸ ਕੋਰਸ ਹੁੰਦਾ ਉਹ ਕੀਤਾ, ਫਿਰ ਹੈਲਥ ਸਰਵਿਸਿਸ ਸਟਾਫ ਆਫਿਸਰਸ ਕੋਰਸ ਹੁੰਦਾ ਉਹ ਕੀਤਾ ਜੀ ਅਤੇ ਇਸ ਹਿਸਾਬ ਨਾਲ ਕੋਰਸ ਵਰਕ ਜਿਹੜਾ ਨਾਲ ਨਾਲ ਚੱਲਦਾ ਰਿਹਾ ਅਤੇ 2016 ਦੇ ਵਿੱਚ ਮੇਰੀ ਜਿਹੜੀ ਟ੍ਰਾਂਸਫਰ ਆ ਮੈਂ ਆਟਵਾ ਡੈਟ ਹੋਸਪਿਟਲ ਹੈਗਾ ਉਹਦੇ ਨਾਲ ਸੀਗੀ ਪਹਿਲਾਂ ਅਤੇ ਫਿਰ ਮੇਰੀ ਇੱਥੇ 15 ਫੀਲਡ ਐਂਬੂਲੈਂਸ ਆ ਯੂਨਿਟ ਜਿਹੜੀ ਕਿ ਕੈਲਗਰੀ ਦੇ ਐਡਮਿੰਟਨ 'ਚ ਆ ਉੱਥੇ ਮੇਰੀ ਟ੍ਰਾਂਸਫਰ ਹੋਈ ਆ ਕਿਉਂਕਿ ਜਿਹੜੇ ਸਾਡੇ ਕਮਾਂਡਿੰਗ ਆਫਿਸਰ ਉਦੋਂ ਸੀਗੇ ਕਮਾਂਡਰ ਬ੍ਰਿਗਸ ਉਹਨਾਂ ਨੂੰ ਕਾਫੀ ਪਸੰਦ ਆਇਆ ਮੈਂ ਅਤੇ ਉਹਨਾਂ ਨੇ ਕਿਹਾ ਕਿ ਵੀ ਤੂੰ ਸਾਡੇ ਲੀਡਰਸ਼ਿਪ ਰੋਲ ਜਿਹੜੇ ਆ ਉਹ ਫਿਲ ਕਰ ਆ ਕੇ ਅਤੇ ਉਹਦੇ ਵਿੱਚ ਕਈ ਜਿਹੜੇ ਡਿਫਰੈਂਟ ਰੋਲਸ ਆ ਜਿਹਦੇ ਵਿੱਚ ਕਮਿਊਨਿਟੀ ਰਿਲੇਸ਼ਨਸ਼ਿਪ ਆਫਿਸਰ ਹੋ ਗਿਆ ਜਾਂ ਰਿਕਰੂਟਿੰਗ ਆਫਿਸਰ ਹੋ ਗਿਆ ਜਾਂ ਸਪੋਰਟ ਐਂਡ ਸਰਵਿਸਿਸ ਦਾ ਆਫਿਸਰ ਕਮਾਂਡਿੰਗ ਹੋ ਗਿਆ ਜਾਂ ਮੈਡੀਕਲ ਕੰਪਨੀ ਦਾ ਆਫਿਸਰ ਕਮਾਂਡਿੰਗ ਹੈ 2IC ਹੋ ਗਿਆ ਉੱਦਾਂ ਦੇ ਕਈ ਲੀਡਰਸ਼ਿਪ ਰੋਲ ਜਿਹੜੇ ਆ ਮੈਂ ਫਿਲ ਕੀਤੇ ਆ ਜੀ। ਜੀ ਅਤੇ ਹੁਣ ਤੁਸੀਂ ਮੌਜੂਦਾ ਆਪਣੀ ਆਰਮੀ ਦੇ ਵਿੱਚ ਕਿਹੜੀ ਆਰਮੀ ਦੇ ਵਿੱਚ ਕਹਿਣਾ, ਮਤਲਬ ਵੀ ਜਿਸ ਤਰ੍ਹਾਂ ਆਪਣੀ 3 ਆਰਮੀਆਂ ਹੁੰਦੀਆਂ, ਮਤਲਬ ਸਾਡੇ ਸੁਣਨ ਵਾਲਿਆਂ ਲਈ ਥੋੜ੍ਹਾ ਸੌਖਾ ਹੋ ਜਾਵੇ? ਜੇ ਆਪਾਂ ਸਿੱਧੀ ਫੌਜ ਦੀ ਗੱਲ ਕਰੀਏ, ਫੌਜ ਜਿਹਨੂੰ ਮਿਲਟਰੀ ਕਹਿੰਦੇ ਆ, ਮਿਲਟਰੀ ਇਹਦੀਆਂ 3 ਐਲੀਮੈਂਟਸ ਹੈਗੀਆਂ। ਇਹਦੇ ਵਿੱਚ ਬੇਸਿਕਲੀ ਆਰਮੀ ਜਿਹੜੀ ਆ ਉਹ ਗਰਾਊਂਡ ਟਰੁੱਪਸ ਆ, ਤੁਹਾਡੀ ਏਅਰ ਫੋਰਸ ਆ ਜਿਹੜੀ ਫਲਾਇੰਗ ਤੁਸੀਂ ਦੇਖਦੇ ਹੋ ਅਤੇ ਨੇਵੀ ਜਿਹੜੀ ਆ ਵਾਟਰ ਦੇ ਕਰਦੇ ਅਤੇ ਇਹ 3 ਐਲੀਮੈਂਟਸ ਹੈਗੀਆਂ। ਉਹਦੇ ਵਿੱਚੋਂ ਮੈਂ ਆਰਮੀ ਜੀ ਹਾਂ ਅਤੇ ਆਰਮੀ ਮੈਨੂੰ ਪਹਿਲਾਂ ਤੋਂ ਪਸੰਦ ਸੀ ਅਤੇ ਉਸ ਕਰਕੇ ਮੈਂ ਇਹਦੇ ਵਿੱਚ ਵੀ ਆ। ਰਿਜ਼ਰਵ ਆਰਮੀ ਹੈ, ਦੂਜੀ ਆ, ਇਹਦੀ ਕੀ ਡਿਫਰੈਂਸ ਥੋੜ੍ਹਾ ਜਿਹਾ ਵੀ ਦੱਸੋ? ਜਿਹੜਾ ਡਿਫਰੈਂਸ ਆ ਉਹ ਆਪਾਂ ਕਈ ਵਾਰੀ ਰਿਜ਼ਰਵ ਨੂੰ ਜਿਹੜੀ ਇੱਕ ਤਰ੍ਹਾਂ ਦੀ
उस फोर्स च गिण लेंदे आ कि नहीं शायद सानू रेगुलर नहीं जाना पैंदा या रेगुलर काम नहीं मिलता या नहीं अवेलेबल, वो बिल्कुल गलत चीज़ है। उदा थोड़ा जिहा उहनू क्लैरिफाई करने लई मैं ये कह दवां कि जिहड़ी रिजर्व आ उह पार्ट टाइम आ। पार्ट टाइम दा इह मतलब आ कि तुसीं स्टिल लीडरशिप रोल दे विच आ, अपनी यूनिट दे नाल आ, लेकिन ਤੁਸੀਂ ਉਹਦੇ ਨਾਲ ਨਾਲ ਆਪਣਾ ਬਿਜ਼ਨਸ ਜਾਂ ਹੋਰ ਕੋਈ ਕੰਮ ਕਾਰ ਜਿਹੜਾ ਆ ਉਹ ਵੀ ਕੈਰੀ ਆਨ ਕਰ ਸਕਦੇ ਆ, ਕਿਉਂਕਿ ਉਹਦੇ ਵਿੱਚ ਤੁਸੀਂ ਲਿਮਿਟ ਕਰ ਸਕਦੇ ਆ ਆਪਣੇ ਆਪ ਨੂੰ ਕਿ ਹਾਂ ਵੀ ਮੈਂ 2 ਦਿਨ ਪਰੇਡ ਕਰਨੀ ਹੈ, 3 ਦਿਨ ਕਰਨੀ ਆ, ਜਾਂ ਤੁਹਾਡੀ ਕਿੰਨੀ ਕੁ ਡਿਮਾਂਡ ਹੈਗੀ ਆ ਤੁਹਾਡੇ। ਤੁਸੀਂ ਇਹ 'ਚ ਮੂਵ ਵੀ ਹੁੰਦੇ ਰਹਿੰਦੇ ਵੀ ਤੁਸੀਂ ਜਾ ਸਕਦੇ ਹੋ, ਤੁਹਾਡੀ ਇਹ ਬਹੁਤ ਚੰਗੀ ਚੀਜ਼ ਹੈ ਇਹਦੇ 'ਚ ਪਾਰਟ ਟਾਈਮ ਦੇ ਵਿੱਚ ਜਾਂ ਰਿਜ਼ਰਵ ਦੇ ਵਿੱਚ ਕਿ ਤੁਹਾਨੂੰ ਉਹ ਮੂਵ ਨਹੀਂ ਕਰ ਸਕਦੇ ਜਦ ਤੱਕ ਕਿ ਤੁਹਾਡੀ ਆਪਣੀ ਇੱਛਾ ਨਾ ਹੋਵੇ। ਠੀਕ ਜੇ ਮੈਂ ਕੱਲ੍ਹ ਨੂੰ ਕਹਾਂ ਕਿ ਨਹੀਂ ਮੈਂ ਵਿਕਟੋਰੀਆ ਮੂਵ ਹੋਣਾ ਅਤੇ ਉੱਥੇ ਉਹਨਾਂ ਨੇ ਕੋਈ ਨਾ ਕੋਈ ਜਿਹੜੀ ਯੂਨਿਟ ਹੈ ਉਹ ਲੱਭਣੀ ਪੈਣੀ ਆ, ਮੈਨੂੰ ਵੀ ਲੱਭਣੀ ਪੈਣੀ ਹੈ, ਅਤੇ ਮੈਨੂੰ ਦੱਸਣਾ ਪੈਣਾ ਕਿ ਹਾਂ ਵੀ ਮੈਂ ਇਸ ਯੂਨਿਟ ਤੋਂ ਉਸ ਯੂਨਿਟ 'ਚ ਟ੍ਰਾਂਸਫਰ ਕਰਨਾ। ਲੇਕਿਨ ਉਹ ਮੈਨੂੰ ਇੱਦਾਂ ਨਹੀਂ ਕਹਿ ਸਕਦੇ ਕਿ ਹਾਂ ਵੀ ਤੂੰ 15 ਫੀਲਡ ਐਂਬੂਲੈਂਸ ਤੋਂ ਚੱਕ ਕੇ ਤੈਨੂੰ 16 'ਤੇ ਸਿੱਧ ਦਿੰਦੇ ਹਾਂ ਜਾਂ 13 'ਤੇ ਸਿੱਧਦੇ ਹਾਂ 11 'ਤੇ ਸਿੱਧਦੇ ਹਾਂ, ਉਹ ਨਹੀਂ ਹੋਣਾ। ਅਤੇ ਇਹ ਤੁਹਾਡੀ ਸਟੇਬਿਲਿਟੀ ਆ, ਕਿਉਂਕਿ ਜਿਹੜੇ ਸਾਡੇ ਪਾਰਟ ਟਾਈਮ ਸੋਲਜਰਸ ਆ ਉਹ ਇੱਥੇ ਦੀਆਂ ਜਿਹੜੀਆਂ ਲੋਕਲ ਕਮਿਊਨਿਟੀਜ਼ ਆ ਉਹਦੇ ਵਿੱਚ ਵਿਚਰਦੇ ਆ, ਉਹਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਔਰ ਉਹਦੇ ਵਿੱਚ ਹੀ ਆਪਣੇ ਆਪ ਨੂੰ ਡਿਵੈਲਪ ਕਰਦੇ ਹਾਂ। ਅਤੇ ਇਸ ਕਰਕੇ ਆਪਣੇ ਸਾਡੇ ਜਿਹੜੀਆਂ ਰੂਟਸ ਆ ਜਿਹੜੇ ਸਾਡੇ ਕਨੈਕਸ਼ਨ ਆ ਥਰੂ ਪਾਰਟ ਟਾਈਮ ਉਹ ਬੜੇ ਸਟਰੋਂਗ ਆ ਕਮਿਊਨਿਟੀਜ਼ ਦੇ ਨਾਲ। ਠੀਕ ਹੈ ਜੀ, ਕਿਉਂਕਿ ਤੁਸੀਂ ਬਹੁਤ ਸਾਰਾ ਸੋਸ਼ਲ ਵਰਕ ਲੋਕਾਂ 'ਚ ਜਾਂਦੇ ਵੀ ਰਹਿੰਦੇ ਹੋ, ਆਰਮੀ ਦਾ ਮੈਸੇਜ ਵੀ ਦਿੰਦੇ ਰਹਿੰਦੇ ਹੋ, ਜਿਨ੍ਹਾਂ ਤੋਂ ਬੱਚੇ ਵੀ ਸਾਡੇ ਇਨਕਰੇਜ ਹੁੰਦੇ ਇਸ ਪਾਸੇ ਨੂੰ ਆਉਂਦੇ ਆ। ਅਤੇ ਕੈਪਟਨ ਸਾਹਿਬ ਇੱਕ ਅਸੀਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਲੋਕਾਂ 'ਚ ਜਾਂਦੇ ਰਹਿੰਦੇ ਹੋ ਅਤੇ ਬਹੁਤ ਸਾਰੇ ਸੈਮੀਨਾਰ ਵੀ ਅਟੈਂਡ ਕਰਦੇ ਹੋ, ਲਗਵਾਉਂਦੇ ਵੀ ਹੋ, ਅਤੇ ਜਿਸ ਤਰ੍ਹਾਂ ਸਾਡੇ ਪਿੱਛੇ ਇੱਕ ਤਸਵੀਰ ਹੈ ਸਰਦਾਰ ਬੁੱਕਮ ਸਿੰਘ ਹੋਰਾਂ ਦੀ ਹੈ ਜੀ, ਸਰਦਾਰ ਬੁੱਕਮ ਸਿੰਘ ਹੋਰਾਂ ਦੀ, ਅਤੇ ਇਹਦੇ ਬਾਰੇ ਸਾਨੂੰ ਦੱਸੋ ਥੋੜ੍ਹਾ, ਅਤੇ ਨਾਲ ਹੀ ਸਾਨੂੰ ਇਹ ਦੱਸੋ ਕਿ ਸਾਡੇ ਪੰਜਾਬੀ ਭਾਈਚਾਰੇ ਦੀ, ਸਿੱਖ ਭਾਈਚਾਰੇ ਦੀ, ਮਤਲਬ ਇਸ ਦੇ ਵਿੱਚ ਕਦੋਂ ਤੋਂ ਕੰਟਰੀਬਿਊਸ਼ਨ ਸ਼ੁਰੂ ਹੁੰਦੀ ਹੈ? ਵਰਲਡ ਵਾਰ ਫਸਟ ਤੁਸੀਂ ਜ਼ਿਕਰ ਕਰਦੇ ਸੀ, ਫਸਟ ਦਾ ਵੀ ਹੈ, ਸੈਕਿੰਡ ਦਾ ਵੀ ਹੈ, ਅਤੇ ਇਸ ਸਾਰੀ ਚੀਜ਼ ਨੂੰ, ਹਿਸਟਰੀ ਨੂੰ ਲੱਭਣ ਦੇ ਲਈ ਕਿੰਨਾ ਕੁ ਕੰਮ ਹੋ ਰਿਹਾ, ਅਤੇ ਕਿੰਨੇ ਕਿੱਥੇ ਕੁ ਤੱਕ ਅਸੀਂ ਇਸ ਚੀਜ਼ ਦੇ ਵਿੱਚ ਪਹੁੰਚੇ ਹਾਂਗੇ? ਅਤੇ ਸਾਨੂੰ ਸਾਡਾ ਥੋੜ੍ਹਾ ਜਿਹਾ ਤਸਵੀਰ ਦੇ ਬਾਰੇ ਦੱਸੋ ਪਹਿਲਾਂ ਤਾਂ। ਇਹ ਜੀ ਪ੍ਰਾਈਵੇਟ ਬੁੱਕਮ ਸਿੰਘ ਦੀ ਤਸਵੀਰ ਹੈ ਜੀ। ਪ੍ਰਾਈਵੇਟ ਬੁੱਕਮ ਸਿੰਘ ਜਿਹੜੇ ਕਿ ਕੈਨੇਡਾ ਤਕਰੀਬਨ 1900 ਦੀ ਸਟਾਰਟਿੰਗ ਈਅਰਸ ਦੇ ਵਿੱਚ ਆਏ ਆ, ਮਾਲਪੁਰ ਹੈਗਾ ਜੀ ਉਹਨਾਂ ਦਾ ਪਿੰਡ, ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਆ। ਉੱਥੋਂ ਉੱਠ ਕੇ ਆਏ ਸੀਗੇ, ਉੱਥੋਂ ਉੱਠ ਕੇ ਆ ਕੇ ਇਹਨਾਂ ਨੇ ਮਿਲ ਆਪਣੀ ਮਿਲਸ ਦੇ ਵਿੱਚ, ਫਾਰਮਸ ਦੇ ਵਿੱਚ ਕੰਮ ਕੀਤਾ। ਲੇਕਿਨ ਜਿਸ ਵੇਲੇ ਵਰਲਡ ਵਾਰ 1 ਸਟਾਰਟ ਹੋਇਆ ਉਸ ਵੇਲੇ ਇਹਨਾਂ ਨੇ ਆਪਣੀ ਜਿਹੜੀ ਇਨਰੋਲਮੈਂਟ ਆ ਉਹ ਜਿਹੜੀ ਕੈਨੇਡੀਅਨ ਐਕਸਪੀਡੀਸ਼ਨਰੀ ਫੋਰਸ ਸੀਗੀ ਜਾਂ ਆਪਾਂ ਕਹਿ ਸਕਦੇ ਹਾਂ ਕੈਨੇਡੀਅਨ ਮਿਲਟਰੀ ਸੀਗੀ ਜਾਂ ਕੈਨੇਡੀਅਨ ਫੋਰਸਿਸ ਸੀਗੀ, ਉਹਦੇ ਵਿੱਚ ਆਪਣੀ ਇਨਰੋਲਮੈਂਟ ਕਰਵਾਈ। ਅਤੇ ਇਹ ਫਿਰ ਯੂਰਪ ਦੇ ਵਿੱਚ ਜਿਹੜਾ ਵਰਲਡ ਵਾਰ ਆ 1 ਉਹਦੇ ਵਿੱਚ ਲੜ ਕੇ ਆਏ। ਉਹ ਆਉਂਦੇ ਆਉਂਦੇ ਇਹਨਾਂ ਨੂੰ ਇੰਜਰਡ ਹੋ ਗਏ, ਇੰਜਰਡ ਹੋਣ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਤਾਂ ਜਿਹੜਾ ਬੇਸ ਹੋਸਪਿਟਲ ਯੂਰਪ ਦੇ ਵਿੱਚ ਸੀ ਉੱਥੇ ਭੇਜਿਆ ਗਿਆ, ਫਿਰ ਉੱਥੋਂ ਇਹਨਾਂ ਨੂੰ ਟ੍ਰਾਂਸਫਰ ਕਰਕੇ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਇੱਥੇ ਆ ਕੇ ਇਹਨਾਂ ਨੂੰ ਟਿਊਬਰਕਲੋਸਿਸ ਹੋ ਗਿਆ, ਟਿਊਬਰਕਲੋਸਿਸ ਦੇ ਨਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ। ਇੰਜਰੀਜ਼ ਦਾ ਵੀ ਉਹਦੇ 'ਚ ਕਾਫੀ ਪਾਰਟ ਸੀਗਾ। ਲੇਕਿਨ ਜੇ ਆਪਾਂ ਕਮਲਜੀਤ ਗੱਲ ਕਰੀਏ ਆਪਣੀ ਹਿਸਟਰੀ ਦੀ, ਹਿਸਟਰੀ ਆਪਣੀ ਬਹੁਤ ਪੁਰਾਣੀ ਹੈ, ਕਿਉਂਕਿ ਸਾਨੂੰ ਤਾਂ 10ਵੇਂ ਪਾਤਸ਼ਾਹ ਤੋਂ ਸ਼ੁਰੂ ਕਰਤਾ ਸੀ ਇਹ ਵਾਰੀਅਰ ਬਣਾਉਣਾ ਅਤੇ ਲੜਨਾ ਅਤੇ ਮਿਲਟਰੀਜ਼ ਦੇ ਵਿੱਚ ਹੋਣਾ। ਅਤੇ ਇਹ ਤਕਰੀਬਨ ਮੈਨੂੰ ਲੱਗਦਾ ਕਿ ਕੋਈ ਦੇਸ਼ ਇੱਦਾਂ ਦਾ ਹੋਊਗਾ ਵਰਲਡ ਦੇ ਵਿੱਚ ਜਿਹਦੇ 'ਚ ਕਿ ਕੋਈ ਸਿੱਖ ਇਨਰੋਲਡ ਨਹੀਂ ਹੈਗਾ। ਹਾਂ, ਉਹ ਗੱਲ ਵੱਖਰੀ ਹੈ ਕਿ ਸਾਨੂੰ ਲੱਭਣ ਦੇ ਵਿੱਚ ਜਾਂ ਕਹਿ ਲਓ ਰਿਸਰਚ ਕਰਨ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਵੀ ਰਿਹਾ ਕਿ ਥੋੜ੍ਹਾ ਟਾਈਮ। ਅਸੀਂ ਇਹ ਜਿਹੜੀ ਸਾਡਾ ਮਿਸ਼ਨ ਸੀਗਾ ਇਹ ਤਕਰੀਬਨ 2018 'ਚ ਸ਼ੁਰੂ ਕੀਤਾ ਸੀਗਾ, ਬੜਾ ਰੀਸੈਂਟ ਆ। ਅਤੇ ਉਹ ਸਾਡੇ ਦਿਮਾਗ 'ਚ ਇਸ ਹਿਸਾਬ ਨਾਲ ਆਇਆ ਕਿ ਆਪਾਂ ਕੁਛ ਦੇਖ ਰਹੇ ਸੀਗੇ, ਕਈ ਸੋਲਜਰਸ ਦੇ ਜਿਹੜੇ ਨਾਂ ਸੀਗੇ ਉਹ ਸਾਨੂੰ ਥੋੜ੍ਹੇ ਅਪੀਲਿੰਗ ਜਿਹੀ ਲੱਗ ਰਹੇ ਸੀਗੇ ਕਿ ਇਹ ਸੋਲਜਰਸ ਚਰਚ ਆਫ ਇੰਗਲੈਂਡ ਦੇ ਤਾਂ ਹੈ ਨਹੀਂ ਗੇ, ਇਹ ਜ਼ਰੂਰ ਇਹਨਾਂ ਦਾ ਕੋਈ ਕਨੈਕਸ਼ਨ ਹੈ ਪਿੱਛੇ। ਫਿਰ ਅਸੀਂ ਉਹ ਹਿਸਟਰੀ ਪੱਟਣੀ ਸ਼ੁਰੂ ਕੀਤੀ, ਹਿਸਟਰੀ ਪੱਟ ਕੇ ਉਹਦੇ ਵਿੱਚ ਸਰ ਤੁਹਾਨੂੰ ਵਿੱਚ ਟੋਕਣਾ, ਮੈਂ 2 ਸ਼ਬਦ ਜਿਸ ਤਰ੍ਹਾਂ ਤੁਸੀਂ ਇੱਕ ਪ੍ਰਾਈਵੇਟ ਸ਼ਬਦ ਵੀ ਯੂਜ ਕੀਤਾ ਅਤੇ ਉਸ ਤੋਂ ਬਾਅਦ ਚਰਚ ਦਾ ਵੀ ਤੁਸੀਂ ਜ਼ਿਕਰ ਕਰਦੇ ਹੋ, ਇਹ ਕੀ ਸੰਬੰਧ ਹੈ ਜੀ? ਪਹਿਲਾਂ ਤਾਂ ਆਪਾਂ ਪ੍ਰਾਈਵੇਟ ਦੀ ਗੱਲ ਕਰੀਏ, ਪ੍ਰਾਈਵੇਟ ਇੱਕ ਰੈਂਕ ਹੈ ਜੀ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਸਿਪਾਹੀ ਹੁੰਦਾ, ਸਿਪਾਹੀ ਹੁੰਦਾ, ਠੀਕ ਹੈ, ਸਿਪਾਹੀ ਇੱਥੇ ਪ੍ਰਾਈਵੇਟ ਕਹਿੰਦੇ ਆ, ਜਿਹੜੇ ਜਿਹੜੇ ਆਰਮੀ ਦੇ ਵਿੱਚ। ਤੇ ਚਰਚ ਦਾ ਜਿਹੜਾ ਤੁਸੀਂ ਜ਼ਿਕਰ, ਜਿਹੜਾ ਚਰਚ ਆਫ ਇੰਗਲੈਂਡ ਦਾ ਇਹ ਹੈਗਾ ਕਿ ਜਿਹੜੇ ਉਹਨਾਂ ਦੇ ਇਨਰੋਲਮੈਂਟ ਪੇਪਰ ਸੀਗੇ ਇਹਨਾਂ ਸੋਲਜਰਸ ਦੇ, ਉਹਦੇ ਵਿੱਚ ਕਈਆਂ ਦੀ ਜਿਹੜੇ ਜਿਹੜਾ ਰਿਲੀਜਨ ਸ਼ੋ ਕੀਤਾ ਗਿਆ ਉਹ ਮੈਂਬਰ ਆਫ ਚਰਚ ਆਫ ਇੰਗਲੈਂਡ ਕੀਤਾ ਗਿਆ, ਜਦਕਿ ਉਹ ਇੱਕ ਸਿੱਖ ਰਿਲੀਜਨ ਨੂੰ ਬਿਲੋਂਗ ਕਰਦੇ ਸੀਗੇ।
ਉਹਦੇ ਵਾਸਤੇ ਅਸੀਂ ਕੰਟਰੋਵਰਸੀ ਨਹੀਂ ਕੋਈ ਕ੍ਰੀਏਟ ਕਰਨੀ, ਲੇਕਿਨ ਹੋ ਸਕਦਾ ਕਿ ਉਦੋਂ ਟਾਈਮ ਹੀ ਇਦਾਂ ਦਾ ਸੀ, ਟਾਈਮ ਦੇ ਹਿਸਾਬ ਨਾਲ ਚੱਲਣਾ ਪੈਂਦਾ। ਲੇਕਿਨ ਹੁਣ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਇਹ ਜਿਹੜੇ ਮੈਂਬਰ ਸੀਗੇ ਉਹ ਅਸੀਂ ਕਲੈਰਿਟੀ ਦੇ ਲਈ ਮੈਂ ਕਿਹਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਅਸੀਂ ਥੋੜਾ ਜਿਹਾ ਕਲੀਅਰ ਕਰ ਤੇ ਉਹਦੇ ਵਿੱਚ ਇਸ ਕਰਕੇ ਕਈਆਂ ਦੇ ਜਿਹੜੇ ਪੇਪਰ ਸੀਗੇ ਇਨਰੋਲਮੈਂਟ ਪੇਪਰ ਸਾਡੇ ਕੋਲ ਪਏ ਵੀ ਆ, ਜਿਹਦੇ ਵਿੱਚ ਕਿ ਚਰਚ ਆਫ ਇੰਗਲੈਂਡ ਮੈਂਸ਼ਨਡ ਆ ਉਹਨਾਂ ਦਾ ਰਿਲੀਜਨ, ਬਟ ਨੈਚੁਰਲੀ ਉਹ ਫਿਰ ਲੇਟਰ ਔਨ ਜਿਹੜਾ ਆ ਉਹ ਚੇਂਜ ਕਰਕੇ ਐਜ਼ ਅ ਸਿੱਖ, ਕਿਉਂਕਿ ਉਹ ਸੀਗੇ ਤਾਂ ਸਿੱਖ ਹੀ, ਉਹ ਕਨਵਰਟਿਡ ਨਹੀਂ ਸੀਗੇ ਟੂ ਕ੍ਰਿਸਚੈਨਿਟੀ, ਅਤੇ ਇਸ ਕਰਕੇ ਉਹਨਾਂ ਉਹ ਜਿਹੜਾ ਕਈਆਂ ਪੇਪਰਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਜਿਹੜੇ ਇਨਰੋਲਮੈਂਟ ਪੇਪਰ ਸੀ, ਤਾਂ ਮੈਂ ਉਹਦਾ ਮੈਂਸ਼ਨ ਕਰ ਰਿਹਾ ਜੀ ਚਰਚ। ਅਤੇ ਵਰਲਡ ਵਾਰ ਫਸਟ ਅਤੇ ਸੈਕਿੰਡ ਦੇ ਵਿੱਚ ਹੁਣ ਜਿਸ ਤਰ੍ਹਾਂ ਮਤਲਬ ਸਾਡੇ ਲੋਕਾਂ ਦਾ ਪਤਾ ਲੱਗਣਾ ਆ ਕਿ ਕੋਈ ਹੋਰ ਵੀ ਨਾਮ ਇਸ ਤਰ੍ਹਾਂ ਦੇ ਹੈਗੇ ਆ, ਚਲੋ ਆਪਾਂ ਨੰਬਰਸ ਤਾਂ ਹਜੇ ਨਾ ਕਾਊਂਟ ਕਰੀਏ ਵੀ ਕਿੰਨੇ ਨੰਬਰਸ ਨੇ, ਅਤੇ ਕੋਈ ਨਾਮ ਤੁਸੀਂ ਹੋਰ ਵੀ ਜੇਕਰ ਇਹਦਾ ਕਰਨਾ ਚਾਹੋ? ਬੜੇ ਨਾਮ ਹੈਗੇ ਆ, ਜੇ ਆਪਾਂ ਨਾਮ ਲੈਣ ਲੱਗ ਪਏ ਤਾਂ ਬੜੀ ਦੇਰ ਲੱਗ ਜਾਣੀ ਹੈ। ਅਤੇ ਉਹਦੇ ਵਿੱਚ ਮੈਂ ਇੱਕ ਤੋਂ ਮੈਂਸ਼ਨ ਕਰਦਾ, ਇੱਕ ਤਾਂ ਸੰਤਾ ਗੁੱਜਰ ਸਿੰਘ ਜੀ, ਜਿਹਦਾ ਕਿ ਨਾਂ ਕੁਛ ਹੋਰ ਹੀ ਬਣ ਗਿਆ ਸੀਗਾ ਪੇਪਰਾਂ ਦੇ ਵਿੱਚ, ਉਹ ਇੱਕ ਸਿੱਖ ਸੀਗਾ, ਉਸ ਹਿਸਾਬ ਨਾਲ ਉਹਨੇ ਕੈਨੇਡੀਅਨ ਫੋਰਸਿਸ ਦੇ ਵੱਲੋਂ ਜਿਹੜੀ ਵਰਲਡ ਵਾਰ ਲੜੀ ਆ। ਲਕਸ਼ਮਣ ਸਿੰਘ, ਵਰਿਆਮ ਸਿੰਘ, ਮੈਂ ਕਈ ਨਾਂ ਲੈ ਸਕਦਾ ਜਿਹਨਾਂ ਦੇ ਕਿ ਕਨੈਕਸ਼ਨ ਆਪਣੀ ਧਰਤੀ ਜਿਹੜੀ ਪੰਜਾਬ ਆ ਉਹਦੇ ਨਾਲ ਆ, ਅਤੇ ਉਹਨਾਂ ਨੇ ਜਿਹੜੀ ਸਰਵਿਸ ਆ ਕੈਨੇਡੀਅਨ ਫੋਰਸਿਸ ਨੂੰ ਪ੍ਰਦਾਨ ਕੀਤੀ ਆ ਵਰਲਡ ਵਾਰ 1 ਅਤੇ ਵਰਲਡ ਵਾਰ 2 'ਤੇ। ਇਹ ਫੈਕਟਸ ਦੇ ਬੇਸਡ ਆ, ਆਪਾਂ ਕੋਈ ਕਹਾਣੀ ਨਹੀਂ ਬਣਾਈ, ਅਤੇ ਬਿਲਕੁਲ ਉਹਨਾਂ ਦੇ ਪੇਪਰ ਕੱਢੇ ਗਏ ਆ, ਪੇਪਰ ਕੱਢ ਕੇ ਉਹਨਾਂ ਦੀ ਹਿਸਟਰੀ ਜਿਹੜੀ ਬੈਕ ਹਿਸਟਰੀ ਆ ਉਹ ਵੀ ਦੇਖੀ ਗਈ ਆ। ਉਹਦੇ 'ਤੇ ਆਪਾਂ ਐਗਜੀਬਿਸ਼ਨ ਵੀ ਲਾਈਆਂ, 2018 'ਚ ਵੀ ਲਾਈ ਸੀ, 19 'ਚ ਵੀ ਲਾਈ, ਫਿਰ 20 ਦੇ ਵਿੱਚ ਕੋਵਿਡ ਸਟਾਰਟ ਹੋ ਗਿਆ, ਲੇਕਿਨ ਉਹਦੇ ਬਾਵਜੂਦ ਵੀ ਆਪਾਂ ਵਰਚੁਅਲ ਕੀਤੀ 20 ਦੇ ਵਿੱਚ, 21 ਦੇ ਵਿੱਚ, 22 ਦੇ ਵਿੱਚ ਫਿਰ ਲਾਈ ਸੀ ਐਗਜੀਬਿਸ਼ਨ, 23 ਦੇ ਵਿੱਚ ਹੁਣ ਫਿਰ ਤਿਆਰੀ ਆ। ਅਪ੍ਰੈਲ ਹੈਰੀਟੇਜ ਮੰਥ ਜਿਹੜਾ ਹੈਗਾ ਆਪਣੇ ਸਿੱਖਾਂ ਦਾ, ਉਹਦੇ ਵਿੱਚ ਆਪਾਂ ਲਾਵਾਂਗੇ। ਅਤੇ ਇੱਕ ਸਾਨੂੰ ਇਹ ਦੱਸੋ ਵੀ ਜਿਸ ਤਰ੍ਹਾਂ ਹੁਣ ਵਰਲਡ ਵਾਰ ਫਸਟ ਤੋਂ ਸੈਕਿੰਡ ਦੇ ਵਿੱਚ ਆਪਣੇ ਸਿੱਖ ਰਹੇ, ਕਿ ਸਾਡਾ ਜਿਹੜਾ ਪਹਿਰਾਵਾ ਆ ਕਿ ਇਹਦੇ ਵਿੱਚ ਵੀ ਸਾਨੂੰ ਕੋਈ ਇੱਥੇ ਪ੍ਰੋਬਲਮਸ ਆਈਆਂ? ਤੁਸੀਂ ਹੁਣ ਜਦੋਂ ਹਿਸਟਰੀ ਪੜ੍ਹਦੇ ਹੋ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ ਪੱਗ ਦੀ, ਦਾੜੀ ਦੀ, ਜਿਹੜਾ ਸਾਡਾ ਸਾਡਾ ਪਹਿਰਾਵਾ ਆ, ਇਹਦੇ ਸੰਬੰਧ 'ਚ ਵੀ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਰਿਸਰਚ 'ਚ ਸਾਹਮਣੇ ਆਈ ਗੱਲ ਕਿ ਯਾਰ ਇਹ ਪ੍ਰੋਬਲਮ ਸੀ ਕਿਤੇ ਨਾ ਕਿਤੇ ਆਈ, ਜਾਂ ਹੁਣ ਉਹ ਚੀਜ਼ ਦੂਰ ਹੋ ਗਈ, ਲੋਕਾਂ ਨੂੰ ਸਮਝ ਆ ਗਈ ਆ, ਇੱਥੋਂ ਦੇ ਲੋਕਾਂ ਨੂੰ ਸਮਝ ਆ ਗਈ ਵੀ ਇਹ ਵੀ ਕੋਈ ਰਿਲੀਜਨ ਹੈ? ਮੇਰੇ ਹਿਸਾਬ ਨਾਲ ਜਦੋਂ ਉਹ ਜਿਹੜਾ ਟਾਈਮ ਪੀਰੀਅਡ ਸੀਗਾ, ਉਸ ਟਾਈਮ ਪੀਰੀਅਡ ਦੇ ਵਿੱਚ ਜਿੰਨੇ ਵੀ ਆਪਣੇ ਸਿੱਖ ਇੱਧਰ ਆਏ ਆ ਕੈਨੇਡਾ ਦੇ ਵਿੱਚ, ਜਰਨਲੀ ਉਹ ਕਲੀਨ ਸ਼ੇਵਨ ਸੀਗੇ ਜੀ, ਕਲੀਨ ਸ਼ੇਵਨ ਸੀਗੇ, ਅਤੇ ਇਸ ਕਰਕੇ ਉਹਨਾਂ ਦਾ ਜਿਹੜਾ ਪਹਿਨਾਵਾ ਸੀਗਾ ਉਹ ਕਾਫੀ ਡਿਫਰੈਂਟ ਸੀਗਾ। ਉਹਦੇ ਲਈ ਕਈ ਸੋਸ਼ਲ, ਕਈ ਜਿਹੜੇ ਕਲਚਰਲ ਮੈਂ ਕਹਿ ਸਕਦਾ ਕਈ ਫੈਕਟਰਸ ਹੈਗੇ ਆ ਜਿਹੜੇ ਕਿ ਉਹਨੂੰ ਇਨਫਲੂਐਂਸ ਕਰਕੇ ਉਹਨੂੰ ਜਿਹੜਾ ਆਪਣੀ ਸਿੱਖੀ ਦੀ ਇੱਕ ਤਰ੍ਹਾਂ ਦੀ ਆਈਡੈਂਟੀ ਤੋਂ ਥੋੜ੍ਹਾ ਜਿਹਾ ਦੂਰ ਨੂੰ ਲੈ ਗਏ। ਜੇ ਆਪਾਂ ਦਾੜੀ, ਮੁੱਛਾਂ ਅਤੇ ਆਪਣੇ ਦਸਤਾਰ ਦੀ ਗੱਲ ਕਰਦੇ ਹਾਂ ਉਹਦੇ ਨਾਲ, ਲੇਕਿਨ ਹੁਣ ਜਿਹੜਾ ਜ਼ਮਾਨਾ ਆ, ਹੁਣ ਜਿਹੜਾ ਸਟਾਰਟ ਹੋ ਚੁੱਕਾ ਹੈ, ਇਹਦੇ ਵਿੱਚ ਤਾਂ ਜਿੱਦਾਂ ਤੁਸੀਂ ਸੁਣਿਆ ਹੀ ਹੈਗਾ ਕਿ ਈਵਨ ਕੋਈ ਰੋਕ ਨਹੀਂ ਹੈਗੀ, ਤੁਸੀਂ ਦਾੜੀ ਪ੍ਰਕਾਸ਼ ਕਰੋ ਜਾਂ ਆਪਣਾ ਦਸਤਾਰ ਸਜਾਓ, ਕੋਈ ਤੁਹਾਨੂੰ ਉਹ ਨਹੀਂ ਹੈਗਾ। ਲੇਕਿਨ ਇਹ ਤਕਰੀਬਨ ਇਹਦੇ ਲਈ ਵੀ ਕਾਫ਼ੀ ਜੱਦੋ ਜਹਿਦ ਅਤੇ ਲੜਾਈ ਲੜਨੀ ਪਈ ਆ, ਇਹ ਇੰਨੀ ਆਸਾਨੀ ਨਾਲ ਨਹੀਂ ਮਿਲੇ ਇਹ ਜਿਹੜੇ ਰਾਈਟਸ ਆ ਆਪਣੇ। ਅਤੇ ਜੇ ਆਪਾਂ ਹੁਣ ਵੀ ਗੋ ਬੈਕ ਕਿ ਹਾਂ ਵੀ ਵਰਲਡ ਵਾਰ 1 ਵਰਲਡ ਵਾਰ 2  'ਚ ਕੀ ਸੀਗਾ, ਉਹ ਮੇਰੇ ਹਿਸਾਬ ਨਾਲ ਇੰਨਾ ਓਪਨ ਨਹੀਂ ਸੀਗਾ ਜੀ, ਅਤੇ ਉਹ ਡਿਫਰੈਂਟ ਟਾਈਮ ਸੀਗੇ, ਅਤੇ ਉਹਦੇ ਵਿੱਚ ਜਿਹੜੀਆਂ ਰੂਲਿੰਗ ਸੀਗੀਆਂ ਉਹਦੇ ਹਿਸਾਬ ਨਾਲ ਹੀ ਆਪਣੇ ਬੰਦੇ ਜਿਹੜੇ ਆ ਉਹ ਵਿਚਰਦੇ ਸੀਗੇ। ਅਤੇ ਹੁਣ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਆਪਣਾ ਗ੍ਰੰਥੀ ਸਿੰਘ ਵੀ ਰੱਖਿਆ ਗਿਆ 2018 2019-20 ਦੇ ਵਿੱਚ ਰੋਲ ਹੋਇਆ, ਉਹਦੇ ਵਾਸਤੇ ਵੀ ਕਾਫ਼ੀ ਮੇਰੇ ਖਿਆਲ ਜਦੋਂ ਜਹਿਦ ਕਰਨੀ ਪਈ ਹੈ, ਕਿਉਂਕਿ ਪਹਿਲਾਂ ਆਪਾਂ ਡਿਮਾਂਡ ਕਰ ਰਹੇ ਸੀਗੇ ਗ੍ਰੰਥੀ ਸਿੰਘ ਕੋਈ ਨਾ ਕੋਈ ਹੋਣਾ ਚਾਹੀਦਾ ਆਪਣੇ ਆਰਮ ਫੋਰਸਿਸ ਦੇ ਵਿੱਚ, ਕਿਉਂਕਿ ਕ੍ਰਿਸ਼ਨਸ ਦਾ ਪ੍ਰੀਸਟ ਹੈਗਾ ਆ, ਮੁਸਲਮਾਨਾਂ ਦੇ ਮੌਲਵੀ ਹੈਗੇ ਆ, ਅਤੇ ਲੇਕਿਨ ਆਪਣਾ ਕੋਈ ਨਹੀਂ ਸੀਗਾ। ਅਤੇ ਉਹ ਕਹਿੰਦੇ ਸੀਗੇ ਕਿ ਆਪਣਾ ਨੰਬਰ ਇਨਕਰੀਜ਼ ਕਰੋ ਉਸ ਲੈਵਲ ਤੱਕ ਜਿੱਥੇ ਕਿ ਆਪਾਂ। ਹੁਣ ਉਹਨਾਂ ਦਾ ਕੰਮ ਕੀ ਰਹੂਗਾ ਉੱਥੇ? ਉਹ ਬੇਸਿਕਲੀ ਤਾਂ ਉਹਨਾਂ ਦਾ ਹੈਗਾ ਇੱਕ ਰਿਲੀਜੀਅਸ ਸੋਸ਼ਲ ਫੰਕਸ਼ਨ ਹੈ ਉਹਨਾਂ ਦਾ, ਅਤੇ ਆਪਣੇ ਜਿਹੜੇ ਸੋਲਜਰਸ ਆ ਉਹਨਾਂ ਦਾ ਮੋਰੈਲ, ਉਹਨਾਂ ਉਹਦੀ ਟੇਕ ਕੇਅਰ ਕਰਨੀ, ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਲੀਜੀਅਸ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਕੁਐਸਚਨ ਹੈਗੇ ਆ, ਉਹ ਆਪਣੇ ਗ੍ਰੰਥੀ ਸਿੰਘ ਜਿਹੜੇ ਆ ਉਹ ਜਾਂ ਗਾਹਾਂ ਜਿਹੜੇ ਆ ਉਹਨਾਂ ਦੀ ਉਹ ਪ੍ਰੋਬਲਮ ਸੋਲਵ ਕਰ ਸਕਦੇ ਆ, ਜਾਂ ਹੋ ਸਕਦਾ ਕਿ ਕਿਸੇ ਦੀ ਦੁਰਘਟਨਾ ਹੋਵੇ, ਕਿਸੇ ਫੈਮਿਲੀ 'ਚ ਦੁਰਘਟਨਾ ਹੋ ਜਾਵੇ ਜਿੱਥੇ ਕਿ ਆਪਣਾ ਕੋਈ ਸਿੱਖ ਸੋਲਜਰ ਸੈਕਰੀਫਾਈਸ ਹੋ ਜਾਵੇ, ਅਤੇ ਨੈਚੁਰਲੀ ਜਿਹੜੇ ਜਿਹੜੇ ਗ੍ਰੰਥੀ ਸਿੰਘ ਆ ਉਹ ਫੈਮਿਲੀ ਨੂੰ ਸਪੋਰਟ ਕਰਨਗੇ ਥਰੂ ਰਿਲੀਜੀਅਸ ਸੈਗਮੈਂਟਸ। ਅਤੇ ਉਹਨਾਂ ਦਾ ਰੋਲ ਕਾਫੀ ਵੱਡਾ ਹੋ ਜਾਂਦਾ ਜੇ ਆਪਾਂ ਬੈਟਲ ਫੀਲਡ 'ਤੇ ਦੇਖੀਏ, ਅਤੇ ਬੇਸ਼ੱਕ ਦੀ ਉਹ ਗਾਹਾਂ ਜਾ ਕੇ ਲੜਦੇ ਨਹੀਂ ਹੈਗੇ, ਲੇਕਿਨ ਇੱਕ ਤਰ੍ਹਾਂ ਦੀ ਜਿਹੜੀ ਸਾਈਕੋਲੋਜੀਕਲ ਲੜਾਈ ਹੈਗੀ ਆ ਥਰੂ ਰਿਲੀਜਨ ਉਹ ਜ਼ਰੂਰ ਲੜਦੇ ਆ। ਅਤੇ ਕੈਪਟਨ ਸਰ, ਉਹ ਮੇਰੀ ਜਿਹੜਾ ਇੱਥੋਂ ਦੇ ਬੱਚਿਆਂ ਦੀ ਗੱਲ ਹੈ ਜਾਂ ਸਾਡੇ ਬਹੁਤ ਸਾਰੇ ਬੱਚੇ ਉਸ ਸਟੂਡੈਂਟ ਐਜ ਏ ਸਟੂਡੈਂਟ ਇੱਥੇ ਆਉਂਦੇ ਆ,
ਅਤੇ ਹੁਣ ਤਾਂ ਜਿਸ ਤਰ੍ਹਾਂ ਇਹ ਆ ਕਿ ਕੈਨੇਡਾ ਨੇ ਇਹ ਵੀ ਕਰ ਦਿੱਤਾ ਕਿ ਪੀ ਆਰ ਨੇ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ ਉਹ ਵੀ ਹੁਣ ਆਰਮੀ ਦੇ ਵਿੱਚ ਆ ਸਕਦੇ ਆ। ਅਤੇ ਇੱਕ ਚੀਜ਼ ਇਹ ਵੀ ਰਹੀ ਆ ਕਿ ਸਾਨੂੰ ਵੀ ਕਿਹੜੀ ਪੜ੍ਹਾਈ ਪੜ੍ਹੀਏ ਅਸੀਂ, ਜਾਂ 12ਵੀਂ ਤੋਂ ਬਾਅਦ ਪਲੱਸ ਟੂ ਤੋਂ ਬਾਅਦ ਅਸੀਂ ਜਾ ਸਕਦੇ ਹਾਂ ਆਰਮੀ ਦੇ ਵਿੱਚ, ਅਤੇ ਕਿਹੜੇ ਕੋਰਸਿਸ ਅਗਰ ਅਸੀਂ ਹਾਇਰ ਕਿਸੇ ਪੋਸਟ ਦੇ ਉੱਪਰ ਜਾਣਾ ਆ, ਅਤੇ ਸਾਨੂੰ ਉਹ ਥੋੜ੍ਹਾ ਜਿਹਾ ਸਟੱਡੀ ਬਾਰੇ ਡਿਟੇਲ 'ਚ ਦੱਸੋ ਵੀ ਜੇ ਸਾਡੇ ਬੱਚੇ ਜਾਣਾ ਚਾਹੁੰਦੇ ਨੇ ਪਲੱਸ ਟੂ ਤੋਂ ਬਾਅਦ ਜਾਣਾ ਚਾਹੁੰਦੇ ਨੇ, ਜਾਂ ਕੀ ਉਹ ਸਟੱਡੀ ਕਰਦੇ ਦੌਰਾਨ ਜਾ ਸਕਦੇ ਨੇ, ਜਾਂ ਕੋਈ ਉਹ ਮਾਸਟਰ ਕਰ ਲਈ ਕਿਸੇ ਨੇ ਉਹ ਜਾ ਸਕਦਾ ਆ, ਅਤੇ ਕਿਸ ਤਰ੍ਹਾਂ ਦੇ ਟੈਸਟ ਰਹਿੰਦੇ ਨੇ, ਜਿਸ ਤਰ੍ਹਾਂ ਮਤਲਬ ਜੇ ਹੁਣ ਕਿਸੇ ਨੇ ਜਾਣਾ ਆ ਅਤੇ ਇਕੱਲਾ ਇਹ ਨਹੀਂ ਹੈਗਾ ਕਿ ਉਹਦਾ ਕੱਦ ਹੀ ਇੰਨਾ ਚਾਹੀਦਾ ਆ ਜਾਂ ਕਿ ਫਿਜ਼ੀਕਲ ਚਾਹੀਦਾ ਆ, ਅਤੇ ਬਾਕੀ ਦੂਜੇ ਹੋਰ ਕਿੱਦਾਂ ਦੇ ਜਿਹੜੇ ਟੈਸਟ ਹੁੰਦੇ ਆ ਆਰਮੀ ਦੇ ਵਿੱਚ ਭਰਤੀ ਦੇ ਲਈ। ਜਿਹੜੇ ਬੇਸਿਕ ਟੈਸਟ ਹੈਗੇ ਆ, ਜਿਹੜੀ ਆਪਾਂ ਗੱਲਬਾਤ ਕੀਤੀ ਵੀ ਸੀਗੀ ਕਿ ਇੱਕ ਤਰ੍ਹਾਂ ਦਾ ਫਿਜ਼ੀਕਲ ਫਿਟਨੈਸ ਜਿਹੜੀ ਆ ਉਹ ਬੜੀ ਜ਼ਰੂਰੀ ਆ, ਜਿਹੜਾ ਤੁਹਾਡਾ ਮੈਡੀਕਲ ਤੁਹਾਡੀ ਮੈਡੀਕਲ ਹੈਲਥ ਆ ਉਹ ਬੜੀ ਜ਼ਰੂਰੀ ਆ, ਕਿਉਂਕਿ ਤੁਹਾਨੂੰ ਇੱਦਾਂ ਦੇ ਮਿਸ਼ਨਸ ਦੇ ਵਿੱਚ ਭੇਜਿਆ ਜਾ ਸਕਦਾ ਜਿੱਥੇ ਕਿ ਤੁਹਾਡੀ ਕੋਈ ਇੱਦਾਂ ਦੀ ਹੈਲਥ ਪ੍ਰੋਬਲਮ ਹੈ ਕਿ ਤੁਸੀਂ ਨਹੀਂ ਸਰਵਿਸ ਦੇ ਸਕੋ, ਉੱਦਾਂ ਦੇ ਕਈ ਰਿਸਟ੍ਰਿਕਸ਼ਨਸ ਹੈਗੀਆਂ। ਕਈ ਵਾਰੀ ਜਿਹੜੀ ਰਿਕਰੂਟਿੰਗ ਟੀਮ ਆ ਉਹ ਲੁੱਕ ਆਫਟਰ ਕਰਦੀ ਆ, ਮੈਡੀਕਲ ਟੀਮ ਉਹਦੀ ਹੈਲਪ ਵੀ ਕਰਦੀ ਆ, ਉਹਦੇ ਨਾਲ ਨਾਲ ਜਿਹੜੇ ਐਪਟੀਟਿਊਡ ਟੈਸਟ ਆ ਉਹ ਦੇਣਾ ਜ਼ਰੂਰੀ ਆ, ਖਾਸ ਕਰ ਜੇ ਤੁਸੀਂ ਕਿਸੇ ਵੀ ਟਰੇਡ 'ਚ ਜਾ ਰਹੇ ਹੋ, ਕਈ ਟਰੇਡਸ ਦੇ ਨਾਲ ਐਪਟੀਟਿਊਡ ਟੈਸਟ ਜਿਹੜਾ ਜੁੜਿਆ ਹੋਇਆ, ਕਈਆਂ ਦੇ ਨਾਲ ਨਹੀਂ ਵੀ ਜੁੜਿਆ ਹੋਇਆ ਉਸ ਹਿਸਾਬ ਨਾਲ, ਅਤੇ ਫਾਈਨਲ ਜਿਹੜੀ ਇੰਟਰਵਿਊ ਆ ਇੰਟਰਵਿਊ ਉਹਦੇ ਵਿੱਚ ਤੁਹਾਨੂੰ ਕਲੀਅਰ ਕਰਨੀ ਪਊਗੀ। ਖਾਸ ਕਰ ਇੰਟਰਵਿਊ ਬੜੀ ਕੋਈ ਐਡੀ ਔਖੀ ਨਹੀਂ ਹੁੰਦੀ, ਲੇਕਿਨ ਹਾਂ ਉਹਦੇ ਵਿੱਚ ਕਈ ਚੀਜ਼ਾਂ ਟੈਸਟ ਹੁੰਦੀਆਂ ਤੁਹਾਡੀਆਂ ਕਿ ਤੁਹਾਡੀ ਰਿਲਾਇਬਿਲਿਟੀ ਕਿੱਦਾਂ ਦੀ ਆ, ਤੁਸੀਂ ਕਿਸ ਤਰ੍ਹਾਂ ਨਾਲ ਦੇਸ਼ ਨੂੰ ਜਿਹੜੀ ਸਰਵਿਸ ਆ ਉਹ ਪ੍ਰਦਾਨ ਕਰ ਸਕਦੇ ਹੋ, ਜਾਂ ਤੁਹਾਡਾ ਪਿਛੋਕੜ ਕਿੱਦਾਂ ਦਾ ਰਿਹਾ, ਉਹ ਸਾਰਾ ਕੁਛ ਉਹ ਜਿਹੜੀਆਂ ਚੀਜ਼ਾਂ। ਇੱਕ ਚੀਜ਼ ਮੈਂ ਇੱਕ ਸੁਣਦਾ ਵੀ ਪਿਆ ਸੀ ਕਿ ਇੱਥੋਂ ਤੱਕ ਕਿ ਤੁਹਾਡਾ ਜਿਹੜੀ ਬੈਕਗਰਾਊਂਡ ਤਾਂ ਚੈੱਕ ਕਰਦੇ ਹੀ ਨੇ ਉਹ 5 ਸਾਲ ਦੀ 10 ਸਾਲ ਦੀ, ਅਤੇ ਨਾਲ ਇੱਥੋਂ ਤੱਕ ਇਹ ਵੀ ਆ ਕਈ ਵਾਰੀ ਤੁਹਾਡਾ ਸੋਸ਼ਲ ਮੀਡੀਆ ਵੀ ਦੇਖ ਸਕਦੇ ਆ ਕਿ ਤੁਸੀਂ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਜਿਹੜਾ ਵੀ ਪਲੇਟਫਾਰਮ ਯੂਜ਼ ਕਰਦੇ ਹੋ। ਆਪਾਂ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਆਪਣੀ ਕਮਿਊਨਿਟੀ 'ਚ ਤਾਂ ਮੇਰੇ ਖਿਆਲ 'ਚ ਘੱਟ ਹੋਣਗੇ ਜਿਹੜੇ ਇੰਡੀਵਿਜੁਅਲ, ਲੇਕਿਨ ਦੂਜੀਆਂ ਕਮਿਊਨਿਟੀਜ਼ ਤੋਂ ਕਈ ਰੇਸਿਜ਼ਮ ਜਾਂ ਹੋਰ ਜਿਹਨੂੰ ਕਿ ਇੰਟਰਟੇਨ ਨਹੀਂ ਕਰਦੀ ਕੈਨੇਡੀਅਨ ਆਰਮ ਫੋਰਸਿਸ, ਉਹ ਉਹਦੇ ਵਿੱਚ ਇਨਵੋਲਵ ਹੋਣਗੇ, ਅਤੇ ਉਹ ਪਹਿਲਾਂ ਹੀ ਉਹਨਾਂ ਚੀਜ਼ਾਂ ਨੂੰ ਚੱਕ ਕੇ ਤਾਂ ਕਿ ਉਹ ਕਲੀਅਰ ਕਰ ਲਿੱਤੀਆਂ ਜਾਣ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਅਤੇ ਉਸ ਹਿਸਾਬ ਨਾਲ ਕਈ ਜਿਹੜੇ ਹੈਗੇ ਆ ਸਮਾਜਿਕ ਤੁਹਾਡਾ ਵਿਵਹਾਰ ਕਿੱਦਾਂ ਦਾ ਰਿਹਾ, ਕਿੱਦਾਂ ਦਾ ਹੈਗਾ, ਕਿਉਂਕਿ ਨੈਚੁਰਲੀ ਤੁਸੀਂ ਕਦੀ ਵੀ ਕਿਸੇ ਜਿਹੜੇ ਮੈਂਬਰ ਨੂੰ ਤੁਸੀਂ ਇਨਰੋਲ ਕਰਨਾ, ਤੁਸੀਂ ਪ੍ਰੋਬਲਮ ਨਹੀਂ ਚਾਹੁੰਦੇ, ਤੁਸੀਂ ਇਹ ਚਾਹੁੰਦੇ ਆ ਕਿ ਹਾਂ ਵੀ ਇਸ ਮੈਂਬਰ ਨੂੰ ਆਪਾਂ ਡਿਵੈਲਪ ਕਰੀਏ ਉਸ ਲੈਵਲ ਤੱਕ ਤਾਂ ਕਿ ਉਹ ਵੀ ਸਕਸੈਸਫੁਲ ਹੋਵੇ, ਅਤੇ ਉਹ ਸਕਸੈਸ ਜਿਹੜਾ ਆ ਉਹ ਕੈਨੇਡੀਅਨ ਆਰਮ ਫੋਰਸਿਸ 'ਤੇ ਵੀ ਰਿਫਲੈਕਟ ਹੋਵੇ। ਅਤੇ ਜਿਸ ਤਰ੍ਹਾਂ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਜਿੱਦਾਂ ਮੈਡੀਕਲ ਦੀ ਸਟ੍ਰੀਮ ਦੇ ਵਿੱਚੋਂ ਇਸ ਪਾਸੇ ਨੂੰ ਆਏ ਹੋ, ਅਤੇ ਇੰਜੀਨੀਅਰ ਲਾਈਨ ਵਾਲੇ ਬਸ ਕੀ ਉਹ ਜੇ ਕਿਸੇ ਨੇ ਮੰਨ ਲਓ ਹੁਣ ਕਿਸੇ ਨੇ ਗ੍ਰੈਜੂਏਸ਼ਨ ਕਰ ਲਈ, ਕਿਸੇ ਨੇ ਇੰਜੀਨੀਅਰਿੰਗ ਲਾਈਨ ਦੇ ਵਿੱਚ ਕਰ ਲਈ, ਜਾਂ ਕਿਸੇ ਨੇ ਮੈਡੀਕਲ ਲਾਈਨ ਦੇ ਵਿੱਚ ਕਰ ਲਈ, ਕਿ ਉਹ ਬੰਦੇ ਵੀ ਇੱਦਾਂ ਡਾਇਰੈਕਟ ਇਹਦੇ ਵਿੱਚ ਆ ਸਕਦੇ ਆ? ਬਿਲਕੁਲ ਆ ਸਕਦੇ ਆ ਜੀ, ਖਾਸ ਕਰ ਜੇ ਤੁਹਾਡੀ ਕੈਨੇਡੀਅਨ ਐਜੂਕੇਸ਼ਨ ਹੋਵੇ, ਤੁਸੀਂ ਇੰਜੀਨੀਅਰਿੰਗ ਇੱਥੋਂ ਕੈਨੇਡਾ ਤੋਂ ਕੀਤੀ ਹੋਵੇ, ਜਾਂ ਤੁਸੀਂ ਮੈਡੀਸਨ ਕਿਸੇ ਕੈਨੇਡੀਅਨ ਸਕੂਲ ਤੋਂ ਕੀਤੀ ਹੋਵੇ, ਤੁਹਾਡੇ ਕੋਲ ਲਾਇਸੈਂਸ ਹੋਵੇ, ਜਾਂ ਤੁਸੀਂ ਫਾਰਮਾਸਿਸਟ ਹਾਂ, ਤੁਹਾਡੀ ਇੱਥੇ ਦੀ ਐਜੂਕੇਸ਼ਨ ਹੋਵੇ ਨਾਲ ਤੁਹਾਡਾ ਲਾਇਸੈਂਸ ਹੋਵੇ, ਉਹ ਜ਼ਰੂਰੀ ਆ। ਅਤੇ ਉਹਦੇ ਨਾਲ ਇਹ ਵੀ ਆ ਕਿ ਜੇ ਤੁਸੀਂ ਐਜ਼ ਏ ਗ੍ਰੈਜੂਏਟ ਆਉਂਦੇ ਹੋ ਆਰਮ ਫੋਰਸਿਸ 'ਤੇ, ਤੁਹਾਨੂੰ ਕਮਿਸ਼ਨ ਰੈਂਕ ਮਿਲਦਾ ਹੈ, ਤੁਸੀਂ ਸੈਕਿੰਡ ਲੈਫਟੀਨੈਂਟ ਤੋਂ ਸਟਾਰਟ ਕਰਦੇ ਹਾਂ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਪ੍ਰੋਗਰੈਸ਼ਨ ਗਾਹਾਂ ਕਰਦੇ ਹਾਂ। ਜੇ ਸਮਝ ਲਓ ਤੁਸੀਂ 12ਵੀਂ ਜਾਂ ਈਵਨ ਜਿਹੜੀਆਂ ਪਾਰਟ ਟਾਈਮ ਫੋਰਸਿਸ ਜਾਂ ਰਿਜ਼ਰਵ ਫੋਰਸਿਸ ਆ, ਉਹਦੇ ਵਿੱਚ ਤੁਸੀਂ 10ਵੀਂ ਤੋਂ ਬਾਅਦ ਵੀ ਜਾ ਸਕਦੇ ਹਾਂ, ਕੋਈ ਜ਼ਰੂਰੀ ਨਹੀਂ 12ਵੀਂ, ਕਿਉਂਕਿ 10ਵੀਂ ਐਲੀਜੀਬਿਲਿਟੀ ਆ ਤੁਹਾਡੀ। ਓਕੇ, 10ਵੀਂ, ਅਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖ ਸਕਦੇ ਹਾਂ ਕਿ ਹਾਂ ਵੀ ਮੈਂ ਕਿਹੜਾ ਟਰੇਡ ਪਿੱਕ ਕਰਨਾ, ਔਰ ਇਹੀ ਮੈਂ ਸਾਰੇ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਦੱਸਦਾ ਹੁੰਦਾ ਕਿ ਆਪਣਾ ਟਰੇਡ ਜ਼ਰੂਰ ਪਿੱਕ ਕਰੋ, ਕਿ ਤੁਸੀਂ ਗਾਹਾਂ ਕੀ ਕਰਨਾ ਚਾਹੁੰਦੇ ਹਾਂ, ਤੁਹਾਡਾ ਕੋਈ ਨਾ ਕੋਈ ਵਿਜ਼ਨ ਹੋਣਾ ਚਾਹੀਦਾ ਕਿ ਮੈਂ ਅੱਜ ਤੋਂ 5 ਸਾਲ 'ਚ ਇੱਥੇ ਹੋਊਂਗਾ, 10 ਸਾਲਾਂ 'ਚ ਹਰ ਟਰੇਡ ਦੇ ਵਿੱਚੋਂ ਤੁਸੀਂ ਆਰਮੀ ਦੇ ਵਿੱਚ ਜਾ ਸਕਦੇ ਹੋ? ਬਿਲਕੁਲ ਜਾ ਸਕਦੇ ਹਾਂ, ਜਿਹੜੇ ਜਿੰਨੇ ਮੈਂ ਮਤਲਬ ਮੇਨਲੀ ਦੋ ਤਿੰਨ, ਹਾਂਜੀ, ਨਾ ਹੀ ਲੈਦਾ ਕਿ ਚਲੋ ਆਹ ਤਾਂ ਆਪਣੇ ਬੜੇ ਕਾਮਨ ਟਰੇਡ ਆ ਨਾ, ਕਿ ਡਾਕਟਰ ਬਣ ਜਾ ਕਾਕਾ, ਜਾਂ ਇੰਜੀਨੀਅਰ ਬਣ ਜਾ, ਜਾਂ ਲੋਇਰ ਬਣ ਜਾ, ਉਹ ਤਾਂ ਹੈਗੇ ਆ, ਲੇਕਿਨ ਉਸ ਤੋਂ ਇਲਾਵਾ ਜੇ ਤੁਸੀਂ ਮਕੈਨਿਕ ਆ, ਜੇ ਤੁਸੀਂ ਡਰਾਈਵਰ ਆ, ਤੁਸੀਂ ਕੁੱਕ ਆ, ਉਹਦੀ ਵੀ ਡਿਮਾਂਡ ਹੈਗੀ ਆ। ਇਹ ਨਹੀਂ ਹੈਗਾ ਕਿ ਹਾਂ ਜੇ ਤੁਹਾਨੂੰ ਸਿਰਫ ਇੱਕ ਕਹਿੰਦੇ ਹੁੰਦੇ ਤੁਸੀਂ ਬੜਾ ਲੜਾਕੂ ਤੁਹਾਡੀ ਨੇਚਰ ਆ, ਤੁਸੀਂ ਲੜਨਾ ਚਾਹੁੰਦੇ ਆ, ਤੁਹਾਡੇ ਲਈ ਆਰਮਡ ਹੈਗਾ ਜਾਂ ਤੁਹਾਡੇ ਲਈ ਇਨਫੈਂਟਰੀ ਹੈਗੀ, ਉਹਦੇ 'ਚ ਵੀ ਤੁਸੀਂ ਇਨਰੋਲ ਕਰ ਸਕਦੇ, ਲੇਕਿਨ ਹਾਂ ਉਹਦੇ ਵਿੱਚ ਤੁਹਾਡੀ ਪ੍ਰੋਗਰੈਸ਼ਨ ਜਿਹੜੀ ਆ ਉਹ ਸੈੱਟ ਕੋਰਸਿਸ ਹੁੰਦੇ ਆ, ਤੁਹਾਡਾ ਜਿਹੜਾ ਡਿਵੈਲਪਮੈਂਟ ਪਲਾਨ ਹੁੰਦੇ ਆ, ਪਲਾਨ DP1 DP2 DP4 ਇੱਦਾਂ, ਉਹ ਤੁਹਾਨੂੰ ਜਿਹੜੇ ਕੋਰਸ ਵਰਕ ਕਰਕੇ ਤੁਸੀਂ ਆਪਣੀ ਪ੍ਰੋਗਰੈਸ਼ਨ ਗਾਹਾਂ ਕਰ ਸਕਦੇ ਹੋ। ਕੀ ਜੇ ਤੁਸੀਂ ਮੰਨ ਲਓ 10th ਦੇ ਵਿੱਚ ਭਰਤੀ ਹੋ ਗਏ, ਉਸ ਤੋਂ ਬਾਅਦ ਤੁਸੀਂ ਅੱਗੇ ਫਰਦਰ ਸਟੱਡੀ ਕਰਨਾ ਚਾਹੁੰਦੇ ਹੋ,
ਕੀ ਉਹਦੇ ਲਈ ਵੀ ਆਰਮੀ ਤੁਹਾਡੀ ਹੈਲਪ ਕਰਦੀ ਹੈ? ਬਿਲਕੁਲ ਹੈਲਪ ਕਰਦੀ ਹੈ ਜੀ। ਇਹਦੇ ਵਿੱਚ ਜਿਹੜਾ ਵੀ ਤੁਸੀਂ ਕੋਈ ਵੀ ਟ੍ਰੇਡ ਪਿੱਕ ਕਰਦੇ ਆ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਇਹ ਹੋਊਗਾ ਕਿ ਤੁਸੀਂ ਕਿਸੇ ਨਾ ਕਿਸੇ ਕੈਨੇਡੀਅਨ ਸਕੂਲ ਦੇ ਵਿੱਚ ਐਡਮਿਸ਼ਨ ਲਓ। ਫੋਰ ਐਗਜ਼ਾਮਪਲ, ਤੁਸੀਂ ਮਕੈਨਿਕ ਬਣਨਾ ਚਾਹੁੰਦੇ ਆ, ਤੁਹਾਨੂੰ ਡਿਪਲੋਮਾ ਚਾਹੀਦਾ ਆ, ਤੁਸੀਂ ਉਹ ਡਿਪਲੋਮਾ ਜਿਹੜਾ ਆ ਉਹ ਸੇਟ ਹੈਗਾ ਆਪਣੇ ਸਦਰਨ ਅਲਬਰਟਾ ਇੰਸਟੀਟਿਊਟ ਆਫ ਟੈਕਨੋਲੋਜੀ ਜਾਂ ਨੇਟ ਹੈਗਾ ਨੌਰਦਰਨ ਅਲਬਰਟਾ ਇੰਸਟੀਟਿਊਟ ਆਫ ਟੈਕਨੋਲੋਜੀ ਹੈਗੀ ਐਡਮਿੰਟਨ 'ਚ ਆ, ਉਹ ਜਿਹੜਾ ਤੁਹਾਨੂੰ ਕੋਰਸ ਵਰਕ ਕਰਨਾ ਪਊਗਾ। ਲੇਕਿਨ ਉਹ ਕੋਰਸ ਵਰਕ ਜੇ ਤੁਸੀਂ ਕੁਆਲੀਫਾਈ ਕਰਦੇ ਆ, ਔਰ ਉਸ ਤੋਂ ਬਾਅਦ ਕੁਆਲੀਫਾਈ ਦਾ ਮਤਲਬ ਇਹ ਆ ਕਿ ਤੁਸੀਂ ਮਿਲਟਰੀ ਲਈ ਕੁਆਲੀਫਾਈ ਕਰਦੇ ਆ, ਔਰ ਮਿਲਟਰੀ ਦੀ ਤੁਸੀਂ ਜਿਹੜੀ ਵੀ ਯੂਨਿਟ ਦੇ ਵਿੱਚ ਇਨਰੋਲਡ ਆ ਉਹਦੇ ਵਿੱਚ ਤੁਸੀਂ ਕੰਪੀਟੀਸ਼ਨ, ਜਿਹੜਾ ਕੰਪੀਟੀਸ਼ਨ ਹੁੰਦਾ ਉਹ ਇਸ ਹਿਸਾਬ ਨਾਲ ਹੁੰਦਾ ਕਿ ਸਮਝ ਲਓ 10 ਜਣਿਆਂ ਨੇ ਉਹਦੇ ਲਈ ਅਪਲਾਈ ਕੀਤਾ ਕਿ ਜੇ ਮੈਂ ਮਕੈਨਿਕ ਦਾ ਕੋਰਸ ਕਰਨਾ ਹੈ, ਲੇਕਿਨ ਉਹਦੇ 'ਚ ਉਹਨਾਂ ਨੇ 2 ਨੂੰ ਪਿੱਕ ਕਰਨਾ, ਅਤੇ ਨੈਚੁਰਲੀ ਤੁਹਾਡੀਆਂ ਇੰਟਰਵਿਊਜ਼ ਵੀ ਹੋਣੀਆਂ, ਤੁਹਾਡੇ ਗ੍ਰੇਡਸ ਵੀ ਦੇਖਣੇ ਉਹਨਾਂ ਨੇ, ਅਤੇ ਉਹ ਦੇਖ ਕੇ ਜੇ ਤੁਹਾਡਾ ਸਿਲੈਕਸ਼ਨ ਹੋ ਜਾਂਦਾ ਤਾਂ ਤੁਹਾਡੀ ਜਿਹੜਾ ਪੂਰਾ ਸਪੋਰਟ ਆਊਗਾ ਜੀ ਉਸ ਹਿਸਾਬ ਨਾਲ। ਅਤੇ ਇੱਕ ਆਰਮੀ ਦੇ ਵਿੱਚ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਜੀ? ਹੁਣ ਜਿਸ ਤਰ੍ਹਾਂ ਚਲੋ ਆਪਣੇ ਲੋਕ ਜੁੜੇ ਤਾਂ ਬਹੁਤ ਲੰਮੇ ਸਮੇਂ ਤੋਂ ਹੋਏ ਨੇ, ਕਈ ਵਾਰੀ ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਹੈ ਕਿ ਪੈਨਸ਼ਨ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਪੈਨਸ਼ਨ ਪਲਾਨ ਹੈ, ਜਾਂ ਤੁਹਾਡੀ ਜੋਬ ਡਿਊਟੀ ਕਿੱਥੇ ਦੀ ਹੋਊਗੀ, ਤੁਹਾਨੂੰ ਇਹ ਤਾਂ ਨਹੀਂ ਹੋਊਗਾ ਕਿ ਤੁਸੀਂ ਮੂਵ ਕਰਦੇ ਰਹਿੰਦੇ ਹੋ ਇੱਕ ਥਾਂ ਤੋਂ ਦੂਜੀ ਥਾਂ 'ਤੇ, ਦੂਜਾ ਇਹ ਕਿ ਤੁਹਾਡੇ ਪਰਿਵਾਰ ਨਾਲ ਰਹਿ ਸਕਦੇ ਆ, ਅਤੇ ਇੱਕ ਜਿਹੜਾ ਅਖੀਰ ਦੇ ਵਿੱਚ ਇਹ ਹੁੰਦਾ ਸੀ ਵੀ ਇਹਦੇ ਵਿੱਚ ਸਾਡੀ ਪੇ ਕਿੰਨੀ ਕੁ ਹੋਊਗੀ ਅਤੇ ਬਾਕੀਆਂ ਦੇ ਮੁਕਾਬਲੇ ਕਿਉਂ ਨਾ ਅਸੀਂ ਹੋਰ ਕੰਮ ਕਰ ਲਈਏ, ਜਾਂ ਠੀਕ ਹੈ ਆਰਮੀ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਮਤਲਬ ਇਹ ਇੱਕ ਦੇਸ਼ ਭਗਤੀ ਹੈ, ਠੀਕ ਹੈ ਜੀ, ਆਰਮੀ ਕਿਸੇ ਵੀ ਕੰਟਰੀ ਦੀ ਹੋਵੇ ਉਹਦੇ ਵਿੱਚ ਪੈਸਾ ਕਿਤੇ ਨਹੀਂ ਹੁੰਦਾ, ਪਰ ਫਿਰ ਵੀ ਨੌਲੇਜ ਦੇ ਤੌਰ 'ਤੇ ਬੱਚਿਆਂ ਦੇ ਉਹ ਜਾਣਨਾ ਚਾਹੁੰਗੇ ਵੀ ਇਹ ਵੀ ਚੀਜ਼ ਇੱਕ ਸਵਾਲ ਹੁੰਦਾ ਆ ਕਈ ਵਾਰੀ ਵੀ ਆਰਮੀ ਦੇ ਵਿੱਚ ਕਿਸ ਤਰ੍ਹਾਂ ਦਾ ਪੇ ਹੁੰਦੀ ਹੈ, ਕਿਸ ਤਰ੍ਹਾਂ ਦਾ ਪੈਨਸ਼ਨ ਪਲਾਨ ਹੈ? ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕਿਹੜੀ ਐਲੀਮੈਂਟ ਚੂਜ਼ ਕਰਦੇ ਹਾਂ, ਉਸ ਤੋਂ ਬਾਅਦ ਤੁਸੀਂ ਕਿ ਫੁੱਲ ਟਾਈਮ ਜਾਣਾ ਚਾਹੁੰਦੇ ਆ ਜਿਹੜੇ ਕਿ ਰੈਗੂਲਰ ਫੋਰਸ ਨੂੰ ਕਹਿੰਦੇ ਆ, ਜੀ, ਜਾਂ ਤੁਸੀਂ ਪਾਰਟ ਟਾਈਮ ਜਾਣਾ ਚਾਹੁੰਦੇ ਜਿਹਨੂੰ ਰਿਜ਼ਰਵ ਕਹਿੰਦੇ ਆ, ਤੁਸੀਂ ਉਹ ਪਹਿਲਾਂ ਪਿੱਕ ਕਰਨਾ ਹੈ। ਪਿੱਕ ਕਰਕੇ ਆਪਣਾ ਟ੍ਰੇਡ ਪਿੱਕ ਕਰਨਾ ਹੈ। ਟ੍ਰੇਡ ਪਿੱਕ ਕਰਨ ਤੋਂ ਬਾਅਦ ਤੁਹਾਨੂੰ ਇਹ ਦੇਖਣਾ ਪੈਣਾ ਕਿ ਮੈਂ ਕਿੰਨਾ ਕਮਿਟ ਕਰ ਸਕਦਾ ਹਾਂ। ਸਮਝ ਲਓ ਤੁਸੀਂ ਪਾਰਟ ਟਾਈਮ ਇਨਰੋਲ ਹੋਏ, ਜੀ, ਤੁਹਾਡਾ ਦੂਜਾ ਕੰਮ ਹੈਗਾ ਤੁਸੀਂ ਜਰਨਲਿਸਟ ਆ, ਤੁਸੀਂ ਆਪਣਾ ਜਰਨਲਿਜ਼ਮ ਵੀ ਕੈਰੀ ਔਨ ਕਰਨਾ ਚਾਹੁੰਦੇ ਹਾਂ, ਲੇਕਿਨ ਤੁਸੀਂ ਵਰਦੀ ਵੀ ਪਾਉਣਾ ਚਾਹੁੰਦੇ ਹਾਂ, ਤੁਸੀਂ ਕਿਸੇ ਯੂਨਿਟ ਨਾਲ ਵੀ ਅਟੈਚ ਹੋਣਾ ਚਾਹੁੰਦੇ ਹਾਂ, ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹਾਂ, ਤੁਸੀਂ ਉਹ ਵੀ ਕਰ ਸਕਦੇ ਹਾਂ। ਲੇਕਿਨ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਆ ਕਿ ਤੁਸੀਂ ਪਿੱਕ ਕਰਨਾ ਕਿ ਕਿੰਨਾ ਟਾਈਮ ਮੈਂ ਦੇ ਸਕਦਾ। ਉਹਦੇ ਵਿੱਚ ਵੀ ਜਿੱਦਾਂ ਰਿਜ਼ਰਵਸ ਆ, ਰਿਜ਼ਰਵਸ ਦੇ ਵਿੱਚ ਵੀ 3 ਡਿਫਰੈਂਟ ਕਲਾਸਿਸ ਆ, ਕਲਾਸ ਏ, ਕਲਾਸ ਬੀ, ਕਲਾਸ ਸੀ। ਕਲਾਸ ਏ ਉਹ ਆ ਕਿ ਜਿਹੜਾ ਕਿ ਤੁਸੀਂ ਆਪਣਾ ਬਿਜ਼ਨਸ ਵੀ ਕੈਰੀ ਔਨ ਕਰਦੇ ਹੋ ਅਤੇ ਉਹਦੇ ਨਾਲ ਨਾਲ ਤੁਸੀਂ ਜਿਹੜੀ ਆਪਣੀ ਸਰਵਿਸ ਆ ਉਹ ਵੀ ਪ੍ਰਦਾਨ ਕਰਦੇ ਹੋ। ਕਲਾਸ ਬੀ ਉਸ ਤਰ੍ਹਾਂ ਦੀ ਆ ਕਿ ਤੁਸੀਂ ਇੱਕ ਕੰਟਰੈਕਟ ਸਾਈਨ ਕਰ ਲੈਂਦੇ ਆ, ਔਰ ਫਿਰ ਤੁਸੀਂ ਇੱਕ ਤਰ੍ਹਾਂ ਦੇ ਫੁੱਲ ਟਾਈਮ ਹੀ ਹੋ ਜਾਂਦੇ ਆ। ਉਹਦੇ ਵਿੱਚ ਤੁਹਾਨੂੰ ਹੈਲਥ, ਡੈਂਟਲ, ਲਾਈਫ, ਜਿਹੜੇ ਦੂਜੇ ਬੈਨੀਫਿਟਸ ਹੁੰਦੇ ਆ ਸਾਰੇ ਮਿਲਦੇ ਆ, ਅਤੇ ਉਹ ਕਲਾਸ ਬੀ ਆ। ਜਿਹੜੀ ਕਲਾਸ ਸੀ ਆ ਉਹ ਤਕਰੀਬਨ 180 ਡੇਜ਼ ਤੋਂ ਜ਼ਿਆਦਾ ਜੇ ਤੁਸੀਂ ਕੋਈ ਕੰਟਰੈਕਟ ਸਾਈਨ ਕਰਦੇ ਆ ਅਤੇ ਨੈਚੁਰਲੀ ਤੁਸੀਂ ਉਹ ਕੈਰੀ ਔਨ ਕਰਦੇ ਆ, ਲੇਕਿਨ ਉਹਦੇ ਨਾਲ ਇਹ ਜ਼ਰੂਰ ਰਿਸਟ੍ਰਿਕਸ਼ਨ ਹੈਗੀ ਹੈ ਕਿ ਕਲਾਸ ਬੀ ਅਤੇ ਕਲਾਸ ਸੀ ਦੇ ਨਾਲ ਤੁਸੀਂ ਕੋਈ ਬਿਜ਼ਨਸ ਜਾਂ ਕੋਈ ਹੋਰ ਇੰਪਲੋਇਮੈਂਟ ਕੈਰੀ ਔਨ ਨਹੀਂ ਕਰ ਸਕਦੇ। ਤੁਸੀਂ ਡੈਡੀਕੇਟਿਡ 5 ਡੇਜ਼ ਵੀਕ ਜਾਂ 7 ਡੇਜ਼ ਵੀਕ ਆਪਣੀ ਯੂਨਿਟ ਜਾਂ ਆਪਣੀ ਬ੍ਰਿਗੇਡ ਜਾਂ ਆਪਣੀ ਜਿਹੜੀ ਡਿਵੀਜ਼ਨ ਹੈ ਉਹਦੇ ਨਾਲ ਤੁਸੀਂ ਰਹਿੰਦੇ ਆ। ਇਹ ਡਿਫਰੈਂਸਿਸ ਆ ਪਾਰਟ ਟਾਈਮ ਦੇ ਵਿੱਚ ਵੀ। ਪਾਰਟ ਟਾਈਮ ਜਿਹੜਾ ਫੁੱਲ ਟਾਈਮ ਆ ਉਹਦੇ ਨਾਲ ਤੁਸੀਂ ਕਰ ਹੀ ਨਹੀਂ ਨਾ ਸਕਦੇ, ਕਰ ਹੀ ਨਹੀਂ ਸਕਦੇ, ਤੁਸੀਂ ਸਿਰਫ ਜਿਹੜਾ ਉਧਰ ਨੂੰ ਡੈਡੀਕੇਟਿਡ ਰਹਿੰਦੇ ਆ। ਕਿੰਨੇ ਸਮੇਂ ਦੀ ਸਰਵਿਸ ਹੁੰਦੀ ਹੈ ਜੀ ਇਹਦੇ ਵਿੱਚ? ਇਹਦੇ ਵਿੱਚ ਪਹਿਲਾਂ ਫੁੱਲ ਟਾਈਮ ਦੀ ਆਪਾਂ ਗੱਲ ਕਰੀਏ ਜਿਹੜਾ ਮੇਰੇ ਡੈਡ ਬੜੇ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵੀ ਜਿਹੜੇ ਕੋਈ ਵੀ ਸਿਵਲੀਅਨ ਹੈ ਨਾ ਉਹਦਾ 5 ਡੇਜ਼ ਵੀਕ ਹੁੰਦਾ ਜੋਬ, ਸਾਡਾ ਜੋਬ ਇੱਦਾਂ ਦਾ ਹੈ ਕਿ ਜਿਹੜਾ 7 ਡੇਜ਼ ਵੀਕ ਹੈ। ਜਿਹੜਾ ਤੁਹਾਡਾ ਫੁੱਲ ਟਾਈਮ ਹੈ, ਜਿਹੜੀ ਰੈਗੂਲਰ ਫੋਰਸ ਆ, ਉਹ ਤਾਂ ਤੁਸੀਂ 7 ਡੇਜ਼ ਵੀਕ, 24 ਆਵਰਸ ਐਨ ਆਵਰ, 24 ਆਵਰਸ ਅ ਡੇ ਤੁਸੀਂ ਇੰਪਲੋਇਡ ਆ ਮਿਲਟਰੀ ਦੇ ਨਾਲ, ਤੁਸੀਂ ਨਾ ਨਹੀਂ ਕਰ ਸਕਦੇ ਜੇ ਤੁਹਾਨੂੰ ਕੋਈ ਕੰਮ ਦਿੱਤਾ ਜਾਵੇ। ਕਲਾਸ ਏ ਦੇ ਵਿੱਚ ਇਹ ਆ ਕਿ ਤੁਸੀਂ ਆਪਣਾ ਬਿਜ਼ਨਸ ਕਰਦੇ ਆ, ਲੇਕਿਨ ਤੁਸੀਂ ਡੈਡੀਕੇਟਿਡ ਡੇਜ਼ ਦਿੰਦੇ ਆ, ਜਿੱਦਾਂ ਤੁਹਾਡੇ ਪਰੇਡ ਡੇਜ਼ ਆ, ਫੋਰ ਐਗਜ਼ਾਮਪਲ ਵੈਨਸਡੇਜ਼ ਨੂੰ ਆ, ਤੁਸੀਂ ਵੈਨਸਡੇਜ਼ ਨੂੰ ਯੂਨਿਟ ਜਾਣਾ, ਜਾਂ ਤੁਸੀਂ ਤੁਹਾਡੇ ਵੀਕਐਂਡਸ 'ਤੇ ਐਕਸਰਸਾਈਜ਼ ਆ, ਤੁਸੀਂ ਐਕਸਰਸਾਈਜ਼ 'ਚ ਪਾਰਟ ਲੈਂਦੇ ਆ, ਜਾਂ ਕੋਈ ਹੋਰ ਕਮਿਊਨਿਟੀ ਫੰਕਸ਼ਨ ਆ ਗਿਆ ਤੁਹਾਨੂੰ ਉੱਥੇ ਜਾਣਾ, ਉਹ ਤੁਹਾਡਾ ਫਿਰ ਜ਼ਰੂਰੀ ਹੋ ਜਾਂਦਾ, ਉਹ ਤੁਹਾਨੂੰ ਫਿਰ ਛੁੱਟੀ ਲੈਣੀ ਪੈਂਦੀ ਆਪਣੇ ਦੂਜੇ ਵਰਕ ਤੋਂ, ਲੇਕਿਨ ਤੁਸੀਂ ਉਹਦੇ ਨਾਲ ਨਾਲ ਜਿਹੜਾ ਵਰਕ ਆ ਉਹ ਕੈਰੀ ਔਨ ਕਰ ਸਕਦੇ ਆ। ਕਲਾਸ ਏ ਦਾ ਡਿਸਐਡਵਾਂਟੇਜ ਇਹ ਆ ਕਿ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਜਾਂਦਾ, ਸਿਰਫ ਤੁਹਾਨੂੰ
एक पे रेट आ उहदे उज तुहाडे रैंक दे हिसाब नाल जां तुहाडी सर्विस किन्नी होई आ उहदे हिसाब नाल मिलेगा, ते उहदे नाल नाल जिहड़े तुहाडे वेकेशन पे आ उह मिलणी आ, लेकिन दूजे बेनीफिट नहीं मिलने, हैल्थ डेंटल उह नहीं मिलने कोई भी। लेकिन जिथे तुसीं क्लास बी क्लास सी कॉन्ट्रैक्ट दे हेठां चल जांदे आ उत्थे फिर तुहाडे हैल्थ डेंटल लाइफ उह सारे बेनीफिट्स जिहड़े तुहाडे किकन हो जांदे आ। रैगुलर फोर्स च क्योंकि तुसीं इंप्लॉयड आ फुल टाइम आ ते तुहाडे सारे बेनीफिट्स जिहड़े हैगे, जिद्दां तुसीं गल कीती पेंशन दी, क्लास ए भी पेंशन वाल नूं कॉन्ट्रीब्यूट करता है, उहदी भी पेंशन लगनी है बाद च। ओके, क्लास ए जिहड़ा रिजर्विस्ट आ, लेकिन जिहड़ा रैगुलर फोर्स आ उहदा नैचुरली जिहड़ा उहदा पेंशन प्लान आ उह ए बैटर होगा जिहड़ा कि पार्ट टाइम दे नाल। ਤੁਹਾਡੀ ਸਰਵਿਸ 'ਤੇ ਡਿਪੈਂਡ ਹੈ ਕਿੰਨੇ ਸਾਲ ਤੁਸੀਂ ਦਿੰਦੇ ਆ ਔਰ ਕਿੰਨਾ ਪੈਸਾ ਤੁਸੀਂ ਕੰਟਰੀਬਿਊਟ ਕਰ ਰਹੇ ਆ ਕੈਨੇਡੀਅਨ ਪੈਨਸ਼ਨ ਪਲਾਨ ਜਿਹੜਾ ਕਿ ਕੈਨੇਡੀਅਨ ਆਰਮ ਫੋਰਸਿਸ ਦੇ ਨਾਲ ਉਹਦੇ ਨਾਲ। ਅਤੇ ਜੇ ਇੱਕ ਜਗ੍ਹਾ ਤੋਂ ਜਿਸ ਤਰ੍ਹਾਂ ਮੰਨ ਲਓ ਕੋਈ ਕੈਲਗਰੀ ਦਾ ਬੱਚਾ ਇੱਥੇ ਭਰਤੀ ਹੋ ਜਾਂਦਾ, ਉਹਨੂੰ ਕੱਲ੍ਹ ਨੂੰ ਉਹ ਟੋਰਾਂਟੋ ਸਾਈਡ ਭੇਜ ਦਿੰਦੇ ਆ ਜਾਂ ਕਿਤੇ ਵੀ ਕਿਸੇ ਵੀ ਆ ਕਿਸੇ ਵੀ ਦੇਸ਼ ਦੇ ਕੋਨੇ 'ਚ ਭੇਜ ਸਕਦੇ ਆ, ਜਾਂ ਕਈ ਵਾਰੀ ਇਹ ਹੁੰਦਾ ਵੀ ਦੂਜੇ ਕੰਟਰੀਆਂ 'ਚ ਵੀ ਤੁਹਾਨੂੰ ਭੇਜ ਦਿੰਦੇ ਆ। ਅਤੇ ਕੀ ਫੈਮਿਲੀ ਦਾ ਕਿਸ ਤਰ੍ਹਾਂ ਦਾ ਰਹਿੰਦਾ ਆ, ਕੀ ਤੁਹਾਡੇ ਲਈ ਉੱਥੇ ਲਈ ਰਹਿਣ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਆ? ਜਿਹੜਾ ਤੁਹਾਡਾ ਰੈਗੂਲਰ ਫੋਰਸ ਆ, ਰੈਗੂਲਰ ਫੋਰਸ ਤੁਹਾਨੂੰ ਕੈਨੇਡੀਅਨ ਆਰਮ ਫੋਰਸਿਸ ਬਾਈ ਜਿੱਦਾਂ ਕਹਿ ਸਕਦੇ ਹਾਂ ਆਪਾਂ ਬਾਈ ਫੋਰਸ ਵੀ ਤੁਹਾਨੂੰ ਇੰਟਰਨੈਸ਼ਨਲੀ ਜਾਂ ਡੋਮੈਸਟਿਕਲੀ ਕਿਤੇ ਵੀ ਭੇਜ ਸਕਦੇ ਜਿਸ ਲਈ ਉਹ ਤੁਹਾਨੂੰ ਭੇਜਦੇ ਆ, ਅਤੇ ਨੈਚੁਰਲੀ ਹਾਂ ਤੁਹਾਡੀ ਫੈਮਿਲੀ ਨੇ ਵੀ ਨਾਲ ਹੀ ਟ੍ਰਾਂਸਫਰ ਹੋਣਾ ਹੁੰਦਾ, ਅਤੇ ਉਹ ਇੱਥੇ ਕਿਤੇ ਕਿਤੇ ਤਾਂ ਕੰਟੋਨਮੈਂਟਸ ਦੇ ਵਿੱਚ ਹੈਗੇ ਆ ਹਾਊਸਿੰਗ ਅਵੇਲੇਬਲ ਆ, ਕਿਤੇ ਕਿਤੇ ਨਹੀਂ ਹੈਗੀ। ਉਹ ਫਿਰ ਤੁਹਾਨੂੰ ਉਹਨੇ ਪੈਸੇ ਉਹ ਦਿੰਦੇ ਆ ਜਿੱਥੇ ਤੁਸੀਂ ਰੈਂਟ ਕਰਕੇ ਆਪਣਾ ਜਿਹੜਾ ਘਰ ਆ ਉਹ, ਜੇ ਤੁਸੀਂ ਖਰੀਦਣਾ ਵੀ ਆ ਤਾਂ ਉਹ ਤੁਹਾਨੂੰ ਮੂਵਿੰਗ ਐਕਸਪੈਂਸਿਸ ਹੁੰਦੇ ਆ ਉਹ ਸਾਰੇ ਮਿਲਦੇ ਆ ਤੁਹਾਨੂੰ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਨਾਲ ਲਿਜਾ ਸਕਦੇ ਆ। ਠੀਕ ਹੈ, ਲੇਕਿਨ ਕਈ ਇੰਟਰਨੈਸ਼ਨਲ ਮਿਸ਼ਨਸ ਇੱਦਾਂ ਦੇ ਹੁੰਦੇ ਆ ਜਿੱਥੇ ਕਿ ਤੁਸੀਂ ਆਪਣੀ ਫੈਮਿਲੀ ਨੂੰ ਨਹੀਂ ਲਿਜਾ ਸਕਦੇ, ਜਿੱਦਾਂ ਆਪਾਂ ਇੰਡੀਆ ਦੇ ਵਿੱਚ ਗੱਲ ਕਰਦੇ ਹੁੰਦੇ ਸੀ ਕਿ ਫੀਲਡ 'ਤੇ ਪੀਸ, ਜੇ ਤੁਸੀਂ ਫੀਲਡ 'ਚ ਪੋਸਟਡ ਆ ਤਾਂ ਤੁਸੀਂ ਫੈਮਿਲੀ ਨਹੀਂ ਲਿਜਾ ਸਕਦੇ, ਜੇ ਤੁਸੀਂ ਪੀਸ ਦੇ ਵਿੱਚ ਆ ਤਾਂ ਨੈਚੁਰਲੀ ਯੂ ਕੈਨ। ਅਤੇ ਉਹ ਡਿਫਰੈਂਸਿਸ ਹੈਗੇ ਆ, ਇੱਥੇ ਵੀ ਉੱਦਾਂ ਦੇ ਡਿਫਰੈਂਸਿਸ ਆ, ਕੋਈ ਐਡਾ ਡਿਫਰੈਂਸ ਨਹੀਂ ਹੈਗਾ। ਜਿਹੜਾ ਫੈਮਿਲੀ ਆ ਉਹਦੇ ਲਈ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਈ ਆਰਮ ਫੋਰਸਿਸ ਪ੍ਰਦਾਨ ਕਰਦੀ ਆ, ਜਿੱਦਾਂ ਸੋਸ਼ਲ ਵੈਲਫੇਅਰ ਹੋ ਗਿਆ ਜਾਂ ਫੈਮਿਲੀ ਸਪੋਰਟ ਸਰਵਿਸਿਸ ਹੋ ਗਈਆਂ ਜਾਂ ਕੈਨੇਡੀਅਨ ਫੋਰਸਿਸ ਫੈਮਿਲੀ ਵੈਲਫੇਅਰ ਹੋ ਗਈ, ਉਸ ਹਿਸਾਬ ਦੀਆਂ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਲਿਟਲ ਬਿਟ ਡਿਫਰੈਂਟ ਆ ਫਰੋਮ ਬੈਕ ਹੋਮ, ਲੇਕਿਨ ਇੱਥੇ ਉਹ ਚੀਜ਼ਾਂ ਨੂੰ ਤੁਸੀਂ ਕਿੰਨਾ ਕੁ ਜਾਣਦੇ ਆ, ਕਿੰਨਾ ਕੁ ਫਾਇਦਾ ਉਹਦਾ ਚੱਕ ਸਕਦੇ ਆ, ਉਹ ਸਾਰਾ ਡਿਪੈਂਡ ਕਰਦਾ। ਅਤੇ ਰਿਜ਼ਰਵ ਫੋਰਸਿਸ ਦਾ ਮੈਂ ਕਲੈਰੀਫਾਈ ਕਰਦਾ ਕਮਲਜੀਤ, ਕਿ ਉਹਦੇ ਲਈ ਤੁਹਾਨੂੰ ਕੋਈ ਫੋਰਸ ਨਹੀਂ ਕਰ ਸਕਦਾ ਕਿਤੇ ਵੀ ਪੋਸਟਡ ਹੋਣ ਲਈ ਕਿਸੇ, ਜਿੱਥੇ ਤੁਸੀਂ ਰਹਿ ਰਹੇ ਹਾਂ ਜਿਹੜੀ ਕਮਿਊਨਿਟੀ 'ਚ ਰਹਿ ਰਹੇ ਹਾਂ, ਜਿੱਦਾਂ ਮੈਂ ਕੈਲਗਰੀ ਰਹਿ ਰਿਹਾ ਤਾਂ ਮੈਂ ਕੈਲਗਰੀ ਹਾਂ, ਮੈਨੂੰ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਤੂੰ ਬਈ ਵਿਕਟੋਰੀਆ ਚਲ ਜਾ ਜਾਂ ਤੂੰ ਆਟੋਵਾ ਚਲ ਜਾ ਉੱਦਾਂ। ਹਾਂ, ਆਫਰ ਦੇ ਸਕਦੇ ਆ ਕਿ ਕਮਲਜੀਤ ਤੂੰ ਆਟੋਵਾ ਚੱਲ ਜਾਣਾ, ਉੱਥੇ ਪੋਸਟਿੰਗ ਹੈਗੀ ਆ, ਅਵੇਲੇਬਲ ਆ ਪੋਜੀਸ਼ਨ, ਡੂ ਯੂ ਵਾਂਟ ਟੂ ਗੋ, ਅਤੇ ਤੁਸੀਂ ਫਿਰ ਯੈਸ ਔਰ ਨੋ ਕਰਨਾ। ਅਤੇ ਇੱਕ ਮੈਨੂੰ ਅਖੀਰ ਦੇ ਵਿੱਚ ਸਾਡਾ ਸਿੰਪਲ ਜਿਹੇ ਤਰੀਕੇ ਨਾਲ ਦੱਸੋ ਵੀ ਜੇ ਕਿਸੇ ਬੱਚੇ ਨੇ ਆਰਮੀ ਦੇ ਵਿੱਚ ਭਰਤੀ ਹੋਣਾ, ਕੀ ਇਹ ਕੀ ਉਹ ਪੋਸਟਾਂ ਕੱਢਦੇ ਰਹਿੰਦੇ ਆ ਵੀ ਹੁਣ ਤੁਸੀਂ ਭਰਤੀ ਲਈ ਜਾ ਸਕਦੇ ਹੋ, ਜਾਂ ਇਹ ਮਤਲਬ ਜਿਸ ਤਰ੍ਹਾਂ ਕਿ ਸਾਡੇ ਬੱਚਿਆਂ ਨੇ ਆਰਮੀ ਦੇ ਵਿੱਚ ਜਾਣਾ ਹੈ ਅਤੇ ਉਹਨਾਂ ਦੇ ਲਈ ਪ੍ਰੋਸੈਸ ਕੀ ਰਹਿੰਦਾ ਆ, ਕੀ ਇਹ ਉਹ ਵੇਟ ਕਰਨ ਜਦੋਂ ਭਰਤੀ ਸ਼ੁਰੂ ਹੁੰਦੀ ਹੈ, ਜਾਂ ਇਹ ਪ੍ਰੋਸੈਸ ਜਿਹੜਾ ਉਹ ਚੱਲਦਾ ਰਹਿੰਦਾ? ਜਿੱਦਾਂ ਕਿਸੇ ਵੀ ਜੋਬ 'ਚ ਹੁੰਦਾ ਕਿ ਕਿੰਨੀਆਂ ਕੁ ਵੈਕੈਂਸੀਜ਼ ਨਿਕਲਦੀਆਂ, ਸਾਡੇ ਉਹਨੂੰ ਸਿਪ ਕਹਿੰਦੇ ਆ, ਕਿੰਨੀਆਂ ਕੁ ਵੈਕੈਂਸੀਜ਼ ਕਿਸ ਟ੍ਰੇਡ ਲਈ ਨਿਕਲ ਰਹੀਆਂ ਅਤੇ ਸਾਨੂੰ ਕਿਸ ਟ੍ਰੇਡ ਦੀ ਲੋੜ ਆ, ਜਾਂ ਸਾਨੂੰ ਈਵਨ ਐਟ ਦ ਪ੍ਰਾਈਵੇਟ ਲੈਵਲ ਸਾਨੂੰ ਕਿੰਨੇ ਕੁ ਸੋਲਜਰ ਚਾਹੀਦੇ ਆ ਜੀ, ਉਸ ਹਿਸਾਬ ਦੀਆਂ ਉਹ ਪ੍ਰਦਾਨ ਹੁੰਦਾ ਯੂਨਿਟਸ ਨੂੰ ਜਾਂ ਬ੍ਰਿਗੇਡ ਨੂੰ ਜੀ। ਉਹ ਕੋਈ ਕਿਤੇ ਪੋਸਟ ਨਹੀਂ ਕਰਦੇ ਉਹਨੂੰ, ਲੇਕਿਨ ਹਾਂ ਰਿਕਰੂਟਿੰਗ ਨੂੰ ਪਤਾ ਹੁੰਦਾ ਆ ਕਿ ਹਾਂ ਬਈ ਇੰਨੀਆਂ ਪੋਜੀਸ਼ਨਸ ਫਲਾਨੀ ਫਲਾਨੀ ਯੂਨਿਟ ਦੇ ਵਿੱਚ ਨਿਕਲੀਆਂ, ਸਾਨੂੰ ਇੰਨੇ ਬੰਦਿਆਂ ਦੀ ਲੋੜ ਆ। ਇਸ ਕਰਕੇ ਜਿਹੜੀਆਂ ਰਿਕਰੂਟਮੈਂਟ ਸੈਂਟਰਸ ਆ, ਜਿਹੜਾ ਕਿ ਆਪਾਂ ਇੱਥੇ ਕੈਲਗਰੀ ਦੀ ਗੱਲ ਕਰੀਏ ਤਾਂ ਹੈਰੀ ਹੇਜ਼ ਬਿਲਡਿੰਗ ਦੇ ਵਿੱਚ ਰੈਗੂਲਰ ਫੋਰਸਿਸ ਦਾ ਜਿਹੜਾ ਰਿਕਰੂਟਮੈਂਟ ਸੈਂਟਰ ਹੈਗਾ ਜੀ, ਅਤੇ ਮਵਾਟਾ ਆਰਮਰੀਜ਼ ਹੈਗੀ ਆ ਜਿਹੜੀ ਕਿ ਡਾਊਨਟਾਊਨ ਦੇ ਵਿੱਚ, ਉੱਥੇ ਤੁਹਾਡਾ ਰਿਜ਼ਰਵਸ ਦਾ ਜਾਂ ਪਾਰਟ ਟਾਈਮ ਦਾ ਰਿਕਰੂਟਿੰਗ ਸੈਂਟਰ ਹੈਗਾ। ਉੱਥੇ ਜਿਹੜਾ ਕਿ ਮਵਾਟਾ 'ਚ ਆ ਉਹ ਐਵਰੀ ਵੈਨਸਡੇ ਈਵਨਿੰਗ ਉਹ ਸੈਮੀਨਾਰ ਵੀ ਲਾਉਂਦੇ ਆ, ਅਤੇ ਤੁਸੀਂ ਉੱਥੇ ਜਾ ਕੇ ਸਵਾਲ ਵੀ ਪੁੱਛ ਸਕਦੇ ਹੋ ਆਪਣੇ ਟ੍ਰੇਡ ਲਈ ਜਾਂ ਰਿਕਰੂਟਿੰਗ ਵਾਸਤੇ। ਅਤੇ ਜਿਹੜਾ ਹੈਰੀ ਹੇਜ਼ ਆ ਉਹ ਮੈਨੂੰ ਲੱਗਦਾ ਕਿ 9 to 4 ਜਾਂ 8 to 4 ਉਹਨਾਂ ਦਾ ਆਫਿਸ ਖੁੱਲ੍ਹਾ ਰਹਿੰਦਾ, ਤੁਸੀਂ ਕਿਸੇ ਵੀ ਵੇਲੇ ਜਾ ਕੇ ਉਹ ਕੁਐਸਚਨ ਕਰ ਸਕਦੇ। ਠੀਕ ਹੈ ਜੀ, ਆਪਣੀ ਸਟੱਡੀ ਦੇ ਬਾਰੇ ਜਾਂ ਤੁਸੀਂ ਕਿਸ ਤਰ੍ਹਾਂ, ਕਿਉਂਕਿ ਜੇ ਬੱਚਾ ਕੋਈ 10ਵੀਂ ਦੇ ਵਿੱਚ ਹੈਗਾ ਅਤੇ ਉਹਨੇ ਬੇਸਿਕ ਤੁਸੀਂ ਦੱਸਦੇ ਸੀ ਕਿ 10th ਹੈ ਜੀ, 10th ਤੋਂ ਬਾਅਦ ਜਾ ਸਕਦਾ ਜੀ, 10th ਹੈਗੀ ਹੈ ਜੀ ਰਿਜ਼ਰਵ ਫੋਰਸਿਸ ਲਈ ਪਾਰਟ ਟਾਈਮ ਲਈ ਜੀ, 12ਵੀਂ ਹੈਗੀ ਆ ਰੈਗੂਲਰ ਫੋਰਸ ਲਈ ਜਿਹੜੇ ਕਿ ਫੁੱਲ ਟਾਈਮ। ਠੀਕ ਹੈ ਜੀ, ਅਤੇ
ਤੁਸੀਂ ਬੜਾ ਸਾਰਾ ਡਿਟੇਲ 'ਚ ਦੱਸਿਆ ਜੀ, ਅਤੇ ਅਖੀਰ ਦੇ ਵਿੱਚ ਸਾਡੀ ਨਵੀਂ ਜਨਰੇਸ਼ਨ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਆਰਮੀ ਦੇ ਤੌਰ 'ਤੇ? ਮੇਰਾ ਮੈਸੇਜ ਇਹੀ ਹੈ ਜੀ ਸਾਰਿਆਂ ਨੂੰ ਕਿ ਪਹਿਲਾਂ ਤਾਂ ਆਪਣਾ ਕੋਈ ਵੀ ਟ੍ਰੇਡ ਆ ਜਾਂ ਤੁਸੀਂ ਤੁਹਾਡਾ ਕੀ ਵਿਜ਼ਨ ਆ ਗਾਹਾਂ ਦਾ ਉਹ ਪਹਿਲਾਂ ਸੈਟਲ ਕਰੋ, ਖਾਸ ਕਰ ਜੇ ਤੁਸੀਂ 10ਵੀਂ ਜਾਂ 12ਵੀਂ ਕਲਾਸ ਦੇ ਸਟੂਡੈਂਟ ਹੈਗੇ ਆ ਜਾਂ ਈਵਨ ਤੁਸੀਂ ਗ੍ਰੈਜੂਏਟ ਹੈਗੇ ਆ। ਅਗਲੇ ਦੇ ਇਹ ਦੇਖੋ ਕਿ ਹਾਂ ਵੀ ਅਗਲੇ 5 ਸਾਲ 'ਚ ਮੈਂ ਕੀ ਕਰਨਾ, ਅਗਲੇ 10 ਸਾਲ 'ਚ ਕੀ ਕਰਨਾ, ਫਿਰ ਆਪਣਾ ਪਲਾਨ ਬਣਾਓ ਕਿ ਮੇਰਾ ਇੰਟਰਸਟ ਕੀ ਆ, ਮੈਂ ਕਿਸ ਟ੍ਰੇਡ 'ਚ ਜਾਣਾ ਚਾਹੁੰਦਾ ਹਾਂ, ਉਸ ਟ੍ਰੇਡ ਦੇ ਹਿਸਾਬ ਨਾਲ ਆਪਣੀ ਇਨਰੋਲਮੈਂਟ ਕਰਾਓ। ਜੇ ਮਕਰੀਨ ਫੋਰਸਿਸ ਦੇ ਵਿੱਚ ਫੰਡਿੰਗ ਅਵੇਲੇਬਲ ਆ ਤਾਂ ਨੈਚੁਰਲੀ ਉਹ ਤੁਹਾਨੂੰ ਫੰਡ ਕਰਨਗੇ, ਤੁਹਾਨੂੰ ਹੈਲਪ ਕਰਨਗੇ ਤੁਹਾਡੀ ਪੂਰੀ। ਲੇਕਿਨ ਉਹਦੇ ਲਈ ਇਹ ਯਾਦ ਰੱਖੋ ਕਿ ਕੰਪਟੀਸ਼ਨ ਲੜਨਾ ਪਏਗਾ, ਕੋਈ ਨੈਚੁਰਲੀ ਨਹੀਂ ਕਿ ਹਾਂ ਵੀ ਤੁਹਾਨੂੰ ਮਿਲ ਗਿਆ। ਅਤੇ ਉਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਕਰਕੇ ਜੇ ਤੁਹਾਡੇ 'ਚ ਕੈਪੇਬਿਲਿਟੀਜ਼ ਹੈਗੀਆਂ, ਸਕਿੱਲਸ ਹੈਗੀਆਂ, ਔਰ ਦੂਜਾ ਤੁਸੀਂ ਇੱਕ ਬੜੀ ਡਿਸਿਪਲਿਨ ਲਾਈਫ ਜੀਣਾ ਚਾਹੁੰਦੇ ਆ, ਤਾਂ ਮੇਰੇ ਹਿਸਾਬ ਨਾਲ ਕਰੀਨ ਆਰਮ ਫੋਰਸਿਸ ਇਜ਼ ਦ ਬੈਸਟ ਚੋਇਸ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਕਮਲਜੀਤ।